ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਰਸ਼ਨ ਸਿੰਘ ਦਰਸ਼ਕ ਚਰਚਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। 18 ਜੁਲਾਈ ਨੂੰ ਦਿੱਲੀ ਵਿਖੇ ਕੌਮੀ ਜਮਹੂਰੀ ਗੱਠਜੋੜ ਦੀ ਇੱਕ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਅਕਾਲੀ ਦਲ ਬਾਦਲ ਸ਼ਾਮਿਲ ਨਹੀਂ ਹੋਏ, ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ। ਤੇ ਦੂਜੇ ਪਾਸੇ ਅਕਾਲੀ ਦਲ ਯੂਨਾਈਟਡ, ਜਿਹਦੀ ਅਗਵਾਈ ਸਰਦਾਰ ਸੁਖਦੇਵ ਸਿੰਘ ਢੀਂਡਸਾ ਕਰ ਰਹੇ ਨੇ, ਉਹ ਉੱਚੇ ਤੌਰ ਤੇ ਇਸ ਮੀਟਿੰਗ ਦੇ ਵਿੱਚ ਪਹੁੰਚੇ। ਜਦੋਂ ਮੀਟਿੰਗ ਚੱਲ ਰਹੀ ਸੀ, ਸੰਬੋਧਨ ਕਰ ਰਹੇ ਸੀਗੇ ਮੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕੀਤਾ। ਸਿਰਫ ਯਾਦ ਹੀ ਨਹੀਂ ਕੀਤਾ, ਨਾਲ ਨਾਲ ਇਹ ਵੀ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੇ ਵਾਰਸ ਨੇ। ਦੂਜੇ ਪਾਸੇ ਅਕਾਲੀ ਦਲ ਬਾਦਲ ਦੇ ਨੇਤਾ ਇਹ ਨਹੀਂ ਮੰਨਦੇ ਕਿ ਢੀਂਡਸਾ ਸਾਹਿਬ ਸਰਦਾਰ ਬਾਦਲ ਦੇ ਵਾਰਸ ਨੇ। ਉਹ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਾਰਸ ਨੇ। ਹੁਣ ਦੇਖਣਾ ਇਹ ਹੋਊਗਾ ਕਿ ਖੂਨ ਦੇ ਰਿਸ਼ਤੇ ਕਾਰਨ ਵਾਰਸ ਬਣਦਾ ਹੈ, ਜਾਂ ਜਿਹੜਾ ਵਿਅਕਤੀ ਪਾਰਟੀ ਦੀਆਂ ਲੀਹਾਂ ਤੇ ਚੱਲਦਾ ਹੈ, ਪਾਰਟੀ ਦੇ ਸਿਧਾਂਤਾਂ ਨੂੰ ਅੱਗੇ ਵਧਾਉਂਦਾ ਹੈ ਤੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਤੁਰਦਾ ਹੈ, ਉਹ ਅਸਲ ਚ ਵਾਰਸ ਹੁੰਦਾ ਹੈ। ਇਸ ਮਸਲੇ ਦੇ ਉੱਤੇ, ਇਸ ਸਾਰੀ ਗੱਲਬਾਤ ਦੇ ਉੱਤੇ ਆਪਾਂ ਚਰਚਾ ਕਰਦੇ ਹਾਂ। ਚਰਚਾ ਕਰਨ ਦੇ ਵਿੱਚ ਦੇ ਲਈ ਸਾਡੇ ਵਿੱਚ ਸਿਆਸੀ ਮਾਹਿਰ ਸਿੱਖ ਵਿਦਵਾਨ ਪ੍ਰੋਫੈਸਰ ਕੇਰ ਸਿੰਘ ਮੌਜੂਦ ਨੇ। ਇਸੇ ਤਰੀਕੇ ਦੇ ਨਾਲ ਸਿੱਖ ਚਿੰਤਕ ਨਿਰਪੱਖ ਟਿੱਪਣੀਕਾਰ ਉਪਜੀਤ ਸਿੰਘ ਬਰਾੜ ਮੌਜੂਦ ਨੇ। ਅਕਾਲੀ ਦਲ ਢੀਂਡਸਾ ਵੱਲੋਂ ਅਮਰਿੰਦਰ ਸਿੰਘ ਜੀ ਮੌਜੂਦ ਨੇ। ਅਕਾਲੀ ਦਲ ਬਾਦਲ ਵੱਲੋਂ ਐਡਵੋਕੇਟ ਕੇ ਐਸ ਮਠਾੜੂ ਸ਼ਾਮਲ ਨੇ। ਸਭ ਦਾ ਸਵਾਗਤ ਹੈ। ਪ੍ਰੋਫੈਸਰ ਸਾਹਿਬ, ਜੋ ਮੋਦੀ ਸਾਹਿਬ ਨੇ ਬਿਆਨ ਦਿੱਤਾ, ਉਹ ਇੱਕ ਬਿਆਨ ਹੈ ਜਾਂ ਤੁਸੀਂ ਕੀ ਸਮਝਦੇ ਹੋ ਕਿ ਅਸਲ ਵਾਰਿਸ ਕੌਣ ਹੈ? ਦਰਸ਼ਕ ਜੀ, ਤੁਹਾਡਾ ਜਿਹੜਾ ਪ੍ਰਸ਼ਨ ਹੈ ਉਹਦਾ ਉੱਤਰ ਤੁਸੀਂ ਖੁਦ ਹੀ ਦੇ ਦਿੱਤਾ ਹੋਇਆ ਹੈ। ਜਦੋਂ ਆਪਾਂ ਪਾਰਟੀਆਂ ਦੇ ਵਾਰਸਾਂ ਦਾ ਫੈਸਲਾ ਕਰਨ ਦਾ ਅਧਿਕਾਰ ਕਿਸੇ ਹੋਰ ਸਿਆਸੀ ਜਮਾਤ ਦੇ ਲੀਡਰ ਨੂੰ ਦੇ ਦਿੰਦੇ ਹਾਂ, ਤੇ ਇਹ ਤਾਂ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਭਲਾ ਕਿੰਨਾ ਕੁ ਸੱਚ ਹੋ ਸਕਦਾ ਹੈ ਬਿਆਨ, ਜਾਂ ਸੱਚ ਦੇ ਨੇੜੇ ਕਿੰਨਾ ਕੁ ਹੋ ਸਕਦਾ। ਸ਼੍ਰੋਮਣੀ ਅਕਾਲੀ ਦਲ ਦਾ ਕੌਣ ਵਾਰਸ ਹੈ, ਬਾਦਲ ਸਾਹਿਬ ਦਾ ਕੌਣ ਵਾਰਸ ਹੈ, ਜੇ ਤਾਂ ਇਹਦਾ ਫੈਸਲਾ ਮੋਦੀ ਸਾਹਿਬ ਨੇ ਕਰਨਾ ਤੇ ਉਹ ਤੇ ਕਰ ਹੀ ਚੁੱਕੇ ਆ, ਫਿਰ ਆਪਾਂ ਨੂੰ ਮੰਨ ਲੈਣਾ ਚਾਹੀਦਾ, ਫਿਰ ਤਾਂ ਰੌਲਾ ਹੀ ਨਹੀਂ ਹੈ ਕੋਈ। ਪਰ ਕਿਸੇ ਵੀ ਜਮਾਤ ਦਾ ਲੀਡਰ ਕੌਣ ਹੈ ਜਾਂ ਉਹਦਾ ਵਾਰਸ ਕੌਣ ਹੈ, ਉਹਦੇ ਕੁਛ ਪੈਮਾਨੇ ਹੁੰਦੇ ਹੈ, ਕੁਛ ਆਧਾਰ ਹੁੰਦੇ ਹੈ, ਜਿਹਦੇ ਆਧਾਰ ਤੇ ਤੁਸੀਂ ਉਹਦੇ ਬਾਰੇ ਕੁਛ ਟਿੱਪਣੀ ਕਰ ਸਕਦੇ ਹੋ ਜਾਂ ਉਹਦੇ ਬਾਰੇ ਕੁਛ ਨਿਰਣਾ ਦੇ ਸਕਦੇ ਹੋ। ਸਿਆਸੀ ਜਮਾਤਾਂ ਦੇ ਲੀਡਰਾਂ ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਾਰਸ ਬਾਰੇ ਗੱਲ ਕਰਾਂਗੇ, ਤੇ ਉਹਦੇ ਸਾਹਮਣੇ ਕੁਝ ਗੱਲਾਂ ਪ੍ਰਤੱਖ ਸਾਨੂੰ ਨਜ਼ਰ ਆ ਰਹੀਆਂ ਹੋਈਆਂ। ਪਹਿਲੀ ਗੱਲ ਤੇ ਇਹ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੋ ਇਸ ਵੇਲੇ ਢਾਂਚਾ ਹੈ, ਜਿਸ ਨੂੰ ਆਮ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਹਾ ਜਾਂਦਾ, ਉਹਦਾ ਕਾਡਰ ਜਿਹੜਾ ਹੈ ਉਹ ਵੱਡੀ ਗਿਣਤੀ ਵਿੱਚ ਅਜੇ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਕਾਰਜ ਕਰ ਰਿਹਾ ਹੋਇਆ ਹੈ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹੀ ਆਪਣਾ ਪ੍ਰਧਾਨ ਮੰਨਦਾ ਹੈ। ਸੋ ਜੇ ਤੇ ਪਾਰਟੀ ਦੇ ਕਾਡਰ ਜਿਹੜਾ ਹੈ, ਯਾਨੀ ਕਿ ਉਹਨਾਂ ਦੀ ਜਥੇਬੰਦੀ ਦੇ ਜੋ ਮੈਂਬਰ ਸਹਿਬਾਨ ਹਨ, ਉਹਨਾਂ ਦੀ ਰਾਏ ਨੂੰ ਧਿਆਨ ਵਿੱਚ ਰੱਖਿਆ ਜਾਏ, ਤਾਂ ਫਿਰ ਇਹ ਮੋਦੀ ਸਾਹਿਬ ਦਾ ਬਿਆਨ ਇਹ ਬੇਮਾਨੀ ਲੱਗਦਾ ਹੈ, ਇਹ ਸੱਚ ਤੋਂ ਕੋਹਾਂ ਦੂਰ ਹੈ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਕਾਡਰ ਔਰ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ, ਅਜੇ ਤੱਕ ਉਹ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਲੀਡਰ ਮੰਨਦੀ ਹੈ। ਦੂਸਰਾ ਆਧਾਰ ਇਹ ਹੈ ਕਿ ਚੋਣਾਂ ਦੇ ਵਿੱਚ
किस तरह की तुहाडी कारगुजारी रहिंदी है, वोट परसेंटेज की रहिंदी है, उहनूं आधार मान के जे देखिया जाए तो सरदार ढींडसा जदों अलग होए है श्रोमणी अकाली दल तो वक्खरा उन्होंने यूनाइटेड अकाली दल बनाया है तो उन्हां दी कारगुजारी कोई इन्नी आपां कहीए कि चोणां ही जिहड़ी एक ही आई है वह लोक सभा की संगरूर की जिहदे विच उन्हां ने अपना कुछ ना कुछ दिखाउणा सीगा कि उन्हां दा रोल की हो सकता है तो उतों ही आपां नूं पता है कि उन्हां दी होम कॉन्स्टिट्यूएंसी है और उतों मान साहब जित गए सीगे उन्हां दी अपनी कॉन्स्टिट्यूएंसी संगरूर की जिहड़ी हैगी है उत्थे ये भी फैक्ट है कि श्रोमणी अकाली दल बादल दा कैंडीडेट उह सब तो पिछे रहा सी ते बादल दल दी भी कारगुजारी उत्थे कोई तसल्ली बख्श नहीं कही जा सकती पर जे देखिया जाए कि उत्थे संगरूर विच ढींडसा साहब दे यूनाइटेड अकाली दल दी कारगुजारी की है ते वो नैगेटिव सी उहनां दा अपना पॉजिटिव कोई रोल नहीं सीगा इधर उदों बाद आपां नूं लोक सभा की इलैक्शन जलंधर दे विच होई है जलंधर दे विच श्रोमणी अकाली दल बादल ते बसपा जिहड़ी है वह तीसरे स्थान ते रही है उत्थे ढींडसा साहब दे श्रोमणी अकाली दल दा रोल जिहड़ा है आपां नूं पता है कि वह बीजेपी दे हक विच उहनां दे बयान आउंदे रहे और बीबी ਜਿਹੜੇ ਆਪਣੇ ਪ੍ਰਧਾਨ ਸਨ ਜਗੀਰ ਕੌਰ ਹੋਣੀ ਉਹਨਾਂ ਨੇ ਓਪਨਲੀ ਉੱਥੇ ਉਹਨਾਂ ਦੇ ਹੱਕ ਵਿੱਚ ਕੰਪੇਨ ਵੀ ਕੀਤਾ ਔਰ ਇਹਦੇ ਬਾਵਜੂਦ ਉਹਨਾਂ ਨੇ ਕੋਈ ਵੱਡਾ ਉਹਨਾਂ ਦਾ ਪ੍ਰਭਾਵ ਉੱਥੇ ਨਹੀਂ ਛੱਡਿਆ ਤੀਸਰੀ ਗੱਲ ਹੁੰਦੀ ਹੈ ਕਿ ਆਈਡੀਓਲੋਜੀਕਲੀ ਵਿਚਾਰਧਾਰਕ ਪੱਧਰ 'ਤੇ ਕਿਹੋ ਜਿਹੀ ਕੋਈ ਗੱਲ ਕਹੀ ਜਾਂਦੀ ਹੈ ਕਿਹਾ ਜਾਏ ਕਿ ਸ਼੍ਰੋਮਣੀ ਅਕਾਲੀ ਦਲ ਜੋ ਬਾਦਲ ਸਾਹਿਬ ਲੀਡ ਕਰਦੇ ਸੀ ਹੁਣ ਉਹ ਵਿਚਾਰਧਾਰਾ ਦਾ ਵਾਰਸ ਕੌਣ ਹੈ ਅਤੇ ਉਸ ਵਿਚਾਰਧਾਰਾ ਦੀ ਜਿਹੜੀ ਹੈ ਨਿਸ਼ਾਨਦੇਹੀ ਕੌਣ ਕਰ ਰਿਹਾ ਉਹਦੀ ਆਪਾਂ ਕਹੋ ਕਿ ਉਹਦਾ ਬੁਲਾਰਾ ਕੌਣ ਹੈ ਉਹਦੀ ਵਜ਼ਾਹਤ ਕੌਣ ਕਰ ਰਿਹਾ ਜਾਂ ਉੱਤੇ ਪਹਿਰਾ ਕੌਣ ਦੇਣ ਦੀ ਕੋਸ਼ਿਸ਼ ਕਰ ਰਿਹਾ ਹੋਇਆ ਸੋ ਉਹ ਮੈਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਲੀਡਰਸ਼ਿਪ ਬਾਦਲ ਸਾਹਿਬ ਵੇਲੇ ਸੀਗੀ ਇੱਕ ਪਰਿਵਾਰ ਤੱਕ ਸੀਮਿਤ ਸੀ ਉਹੀ ਹੁਣ ਹੈਗੀ ਹੈ ਅਤੇ ਸਾਰਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੱਖ ਹੋਏ ਲੀਡਰ ਵੀ ਹਨ ਉਹ ਵੀ ਪਰਿਵਾਰਵਾਦ ਦੇ ਤੋਂ ਮੁਕਤ ਨਹੀਂ ਹਨ ਜੇ ਆਪਾਂ ਕਹੀਏ ਕਿ ਸੁਖਬੀਰ ਸਿੰਘ ਬਾਦਲ 'ਤੇ ਇਹ ਦੂਸ਼ਣ ਲੱਗ ਸਕਦਾ ਹੈ ਕਿ ਉਹਨਾਂ ਨੇ ਸਭ ਕੁਝ ਹੀ ਪਾਰਟੀ ਨੂੰ ਆਪਣੀ ਜੇਬ ਵਿੱਚ ਪਾ ਲਿਆ ਹੋਇਆ ਪਰਿਵਾਰਵਾਦ ਹੈ ਤਾਂ ਫਿਰ ਇਹ ਗੱਲ ਮੈਨੂੰ ਲੱਗਦਾ ਹੈ ਕਿ ਆਪਾਂ ਢੀਂਡਸਾ ਸਾਹਿਬ 'ਤੇ ਕਿਉਂ ਨਹੀਂ ਲਾਗੂ ਕਰ ਸਕਦੇ ਜਾਂ ਦੂਸਰੇ ਲੀਡਰ 'ਤੇ ਕਿਉਂ ਨਹੀਂ ਲਾਗੂ ਕਰ ਸਕਦੇ ਕਿਹੜੀ ਉਹ ਗੱਲ ਹੈ ਜਿਹੜੀ ਢੀਂਡਸਾ ਸਾਹਿਬ ਅਕਾਲੀ ਦਲ ਬਾਦਲ ਦੇ ਲੀਡਰਸ਼ਿਪ ਤੋਂ ਵੱਖਰੀ ਕਰ ਰਹੇ ਹੋਏ ਉਹ ਸਿਰਫ ਅਤੇ ਸਿਰਫ ਇੱਕ ਗੱਲ ਜ਼ਰੂਰ ਕਹਿੰਦੇ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਮੁਕਤ ਕਰਨਾ ਚਾਹੀਦਾ ਹੈ ਧਾਰਮਿਕ ਖੇਤਰ ਵਿੱਚ ਰਾਜਨੀਤਿਕ ਲੀਡਰਸ਼ਿਪ ਨੂੰ ਸਿੱਧੀ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਸਿਰਫ ਅਤੇ ਸਿਰਫ ਇੱਕ ਇਹ ਗੱਲ ਜਿਹੜੀ ਹੈ ਇਹ ਮੈਨੂੰ ਲੱਗਦਾ ਹੈ ਕਿ ਇਹ ਨਵੀਂ ਉਹ ਕਰ ਰਹੇ ਹੋਏ ਔਰ ਇਹ ਮੈਂ ਸਮਝਦਾ ਕਿ ਸਾਰੇ ਹੀ ਸਿੱਖ ਬੁੱਧੀਜੀਵੀ ਇਸ ਗੱਲ ਦੀ ਪ੍ਰੋੜਤਾ ਕਰਦੇ ਹੈ ਪਰ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਾਰਸ ਹੋਣ ਦੀ ਗੱਲ ਨਹੀਂ ਹੈ ਇਹ ਆਪਣੀ ਸਿਆਸੀ ਧਰਾਤਲ ਖੋਜਣ ਦੀ ਲੋੜ ਹਰ ਪਾਰਟੀ ਦੇ ਲੀਡਰ ਦੀ ਹੈਗੀ ਹੈ ਆਪਣੀ ਸਿਆਸੀ ਧਰਾਤਲ ਨੂੰ ਖੋਜਣ ਵਾਸਤੇ ਹੀ ਦਲੀਲ ਕੱਢੀ ਜਾ ਰਹੀ ਹੈ ਪਰ ਕੋਈ ਜੇ ਕਿਹਾ ਜਾਏ ਇਹ ਕਿ ਕੋਈ ਨਵੀਂ ਗੱਲ ਹਟਵੀਂ ਕੀਤੀ ਜਾ ਰਹੀ ਹੈ ਤਾਂ ਮੈਨੂੰ ਨਹੀਂ ਲੱਗਦਾ ਸੋ ਵਾਰਸ ਵਾਲੀ ਗੱਲ ਮੁੱਢਲੇ ਤੌਰ 'ਤੇ ਹੀ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਜੇ ਇਹਦਾ ਫੈਸਲਾ ਮੋਦੀ ਸਾਹਿਬ ਨੇ ਕਰਨਾ ਤਾਂ ਇਦੋਂ ਵੱਡੀ ਗੱਲ ਢੀਂਡਸਾ ਸਾਹਿਬ ਦੇ ਖਿਲਾਫ ਹੋ ਹੀ ਨਹੀਂ ਸਕਦੀ ਕਿ ਬੀਜੇਪੀ ਵਾਲੇ ਫੈਸਲਾ ਕਰਨਗੇ ਕਿ ਅਕਾਲੀ ਦਲ ਦਾ ਲੀਡਰ ਅਸਲ ਕੌਣ ਹੈ ਅਤੇ ਵਾਰਸ ਕੌਣ ਹੈ ਅਤੇ ਜੇ ਬੀਜੇਪੀ ਨੇ ਫੈਸਲਾ ਕਰਨਾ ਤੇ ਇਹ ਤੇ ਬਿਲਕੁਲ ਸਿੱਧਾ ਇਸ ਗੱਲ ਦਾ ਸੂਚਕ ਬਣ ਜਾਂਦਾ ਹੈ ਕਿ ਢੀਂਡਸਾ ਸਾਹਿਬ
ਤੁਸੀਂ ਬੜੇ ਵਿਸਥਾਰ ਪੂਰਵਕ ਇਹ ਸਾਰੀ ਗੱਲਬਾਤ ਦੱਸੀ ਹੈ ਕਿ ਅਸਲ ਵਾਰਿਸ ਕੌਣ ਹੋ ਸਕਦਾ ਹੈ, ਸਿਧਾਂਤਕ ਤੌਰ ਤੇ ਕੌਣ ਹੋ ਸਕਦਾ ਹੈ, ਜਾਂ ਸਿਆਸੀ ਤੌਰ ਤੇ ਜਿਸ ਕੋਲ ਜ਼ਮੀਨ ਹੈ, ਜਿਸ ਕੋਲ ਕੈਡਰ ਹੈ, ਉਹੀ ਹੀ ਇੱਕ ਸਿਆਸੀ ਤੌਰ ਤੇ ਆਪਾਂ ਕਹਿ ਸਕਦੇ ਹਾਂ ਵਾਰਿਸ ਹੋ ਸਕਦਾ ਹੈ। ਇਸ ਸਮੇਂ ਇੱਕ ਬ੍ਰੇਕ ਦਾ ਸਮਾਂ ਹੋ ਰਿਹਾ ਹੈ, ਲੈਂਦੇ ਹਾਂ ਇੱਕ ਬ੍ਰੇਕ। चर्चा चर्चा ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਢੀਂਡਸਾ ਗਰੁੱਪ ਦੇ ਵੱਲੋਂ ਸਾਡੇ ਵਿੱਚ ਅਮਰਿੰਦਰ ਸਿੰਘ ਜੀ ਹਾਜ਼ਰ ਨੇ, ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਵੀ ਰਹਿ ਚੁੱਕੇ ਨੇ ਤੇ ਇਸ ਸਮੇਂ ਉਹ ਢੀਂਡਸਾ ਗਰੁੱਪ ਦੇ ਵਿੱਚ ਇੱਕ ਅਹਿਮ ਸਥਾਨ ਵੀ ਰੱਖਦੇ ਨੇ। ਅਮਰਿੰਦਰ ਸਿੰਘ ਜੀ, ਤੁਸੀਂ ਡਾਕਟਰ ਕੇ ਸਿੰਘ ਹੋਣਾ ਦੀ ਗੱਲ ਸੁਣੀ ਹੈ ਤੇ ਉਹਨਾਂ ਨੇ ਵਿਸਾਰ ਪੂਰਵਕ ਸਾਰੀ ਗੱਲ ਦੱਸੀ ਹੈ ਕਿ ਅਸਲ ਦੇ ਵਿੱਚ ਢੀਂਡਸਾ ਗਰੁੱਪ ਇਸ ਸਮੇਂ ਕਿੱਥੇ ਖੜਾ ਹੈ ਤੇ ਬਾਦਲ ਗਰੁੱਪ ਕਿੱਥੇ ਖੜਾ ਹੈ। ਤੁਸੀਂ ਕਿਸ ਤਰੀਕੇ ਨਾਲ ਮਹਿਸੂਸ ਕਰਦੇ ਹੋ, ਜਿਵੇਂ ਮੋਦੀ ਸਾਹਿਬ ਨੇ ਗੱਲ ਕਹੀ ਹੈ ਕਿ ਢੀਂਡਸਾ ਸਾਹਿਬ ਹੀ ਅਸਲ ਵਾਰਸ ਨੇ? ਦੇਖੋ ਦਰਸ਼ਕ ਜੀ, ਜਿਹੜੀ ਗੱਲ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ, ਗੱਲ ਬਿਲਕੁਲ ਮੈਂ ਉਹਦੇ ਨਾਲ ਮਤਲਬ ਪ੍ਰੋੜਤਾ ਕਰਦਾ ਉਸ ਗੱਲ ਦੀ, ਪਰ ਥੋੜੇ ਜਿਹੇ ਵਿੱਚ ਡਿਸਕ੍ਰੀਪੈਂਸੀ ਵਿੱਚ ਹੈਗੀ ਹੈ। ਇੱਕ ਤਾਂ ਦੇਖੋ ਜਿਹੜੀ ਮੇਰੀ ਸਹਿਮਤੀ ਵਾਲੇ ਪੁਆਇੰਟਸ ਹੈਗੇ ਆ, ਉਹ ਪਹਿਲਾਂ ਮੈਂ ਉਹ ਗੱਲ ਕਰਦਾ ਕਿ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਾਰਸ ਹੈ ਉਹ ਪੰਥ ਹੈ, ਇਹਦੇ ਚ ਕੋਈ ਦੋ ਰਾਵਾਂ ਨਹੀਂ ਹੈ। ਤੇ ਪੰਥ ਡਿਸਾਈਡ ਕਰੇਗਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੌਣ ਲੀਡ ਕਰੇਗਾ। ਜੇਕਰ ਅਸੀਂ ਅੱਜ ਦੇ ਹਾਲਾਤਾਂ 'ਚ ਦੇਖਦੇ ਹਾਂ ਤੇ ਬਾਦਲ ਫੈਮਿਲੀ ਨੂੰ ਉਹਨਾਂ ਨੇ ਨਕਾਰਤਾ ਪੰਥ ਨੇ, ਤੇ ਇਸੇ ਵਜ੍ਹਾ ਕਰਕੇ ਇਹ ਇਸ਼ੂ ਅੱਜ ਡਿਸਕਸ ਹੋ ਰਿਹਾ ਕਿ ਵੀ ਨੈਕਸਟ ਕੌਣ ਹੋ ਸਕਦਾ ਬੰਦਾ। ਜੇ ਪੰਥ ਬਾਦਲ ਫੈਮਿਲੀ ਦੇ ਨਾਲ ਖੜਾ ਹੁੰਦਾ ਤੇ ਉਹਨਾਂ ਦੇ ਕੋਲ ਅੱਜ ਪੋਲੀਟੀਕਲ ਪਾਵਰ ਹੁੰਦੀ, ਉਹ ਸਾਨੂੰ ਦਿਖਣ ਨੂੰ ਪ੍ਰੈਕਟੀਕਲੀ ਦਿਖ ਰਿਹਾ ਕਿ ਪੋਲੀਟੀਕਲ ਪਾਵਰ ਉਹਨਾਂ ਕੋਲ ਨਹੀਂ ਹੈ। ਸੋ ਉਸ ਸਪੇਸ ਨੂੰ ਭਰਨ ਲਈ ਕੌਣ ਬੰਦਾ ਅੱਗੇ ਆ ਸਕਦਾ, ਕਿਹਦੇ ਦਾ ਇੰਨਾ ਸਟੇਚਰ ਹੈ, ਇਸ ਦੀ ਗੱਲ ਹੈ। ਤੇ ਜਿਹੜੀ ਗੱਲ ਵਾਰਸ ਦੀ ਕੀਤੀ ਹੈ, ਮੋਦੀ ਸਾਹਿਬ ਨੇ ਕੀਤੀ ਹੈ, ਕੋਈ ਢੀਂਡਸਾ ਸਾਹਿਬ ਨੇ ਆਪ ਤਾਂ ਕਿਹਾ ਨਹੀਂ ਕਿ ਮੈਂ ਵਾਰਸ ਹਾਂ ਪ੍ਰਕਾਸ਼ ਸਿੰਘ ਬਾਦਲ ਦਾ। ਉਹ ਮੋਦੀ ਸਾਹਿਬ ਨੇ ਕਿਹੜੇ ਸੰਦਰਭ 'ਚ ਗੱਲ ਕੀਤੀ ਹੈ, ਉਹਨਾਂ ਦਾ ਕੀ ਵਿਜ਼ਨ ਹੈ, ਉਹ ਕੀ ਐਂਟੀਸਪੇਟ ਕਰ ਰਹੇ ਹਾਂ, ਕਿੱਥੇ ਰੱਖਣਾ ਚਾਹੁੰਦੇ ਆ, ਉਹ ਪੰਜਾਬ ਦੇ ਵਿੱਚ ਨਵਾਂ ਹੀ ਕੋਈ ਐਸੀ ਜਥੇਬੰਦੀ ਨੂੰ ਮਤਲਬ ਥਾਪੜਾ ਦੇਣਾ ਚਾਹੁੰਦੀ ਹੈ ਭਾਰਤ ਸਰਕਾਰ, ਕਿ ਬਈ ਸਿੱਖਾਂ ਦਾ ਜਿਹੜਾ ਇੱਕ ਵੈਕਿਊਮ ਬਣਿਆ ਹੋਇਆ ਉਸ ਨੂੰ ਕੀਤਾ ਜਾਵੇ। ਉਹਦਾ ਸਭ ਤੋਂ ਆਸਾਨ ਤਰੀਕਾ ਤਾਂ ਐਸਜੀਪੀਸੀ ਦੀਆਂ ਚੋਣਾਂ ਹੈਗੀਆਂ, ਲੇਕਿਨ ਉਹ ਉਧਰ ਨੂੰ ਉਹ ਨਹੀਂ ਜਾ ਰਹੇ। ਉਹਨਾਂ ਨੇ ਇੱਕ ਮਤਲਬ ਐਨਡੀਏ ਦੇ ਵਿੱਚ ਆਪਣੀ ਮੀਟਿੰਗ ਬੁਲਾ ਕੇ ਉੱਥੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਇਨਵਾਈਟ ਕੀਤਾ ਗਿਆ, ਉਹਨੂੰ ਰਾਦਰ ਇਨਵਾਈਟ ਦੀ ਜਗ੍ਹਾ ਮੈਂ ਇਹ ਕਹਾਂਗਾ ਕਿ ਉਹਨੂੰ ਰਿਪਲੇਸ ਕੀਤਾ ਉਹਨਾਂ ਨੇ, ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਗ੍ਹਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬੁਲਾ ਲਿਆ। ਇਹ ਡਿਫਰੈਂਸ ਇੱਕ ਨਵੀਂ ਜਿਹੜੀ ਹੈ, ਇਹ ਇੱਕ ਚੀਜ਼ ਦੇਖਣ ਨੂੰ ਮਿਲੀ ਹੈ, ਤੇ ਉਹਦੇ ਵਿੱਚ ਇਹ ਇੱਕ ਕਿਸਮ ਦਾ ਮਤਲਬ ਮੈਂ ਸਮਝਦਾ ਕਿ ਇੱਕ ਮੈਸੇਜ ਦਿੱਤਾ ਉਹਨਾਂ ਨੇ ਕਿ ਵੀ ਜਿਹੜਾ ਸਾਡਾ ਗਠਬੰਧਨ ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਹ ਬੰਦੇ ਹੋਣਗੇ ਤੇ ਅਸੀਂ ਇਹਨਾਂ ਨੂੰ ਸਮਝਦੇ ਹਾਂ ਕਿ ਵੀ ਇਹ ਲੀਡ ਕਰਨਗੇ। ਹੁਣ ਉਹਨਾਂ ਦੀਆਂ ਜਿਹੜੀਆਂ ਵਰਡਸ ਹੈ ਉਹਨੂੰ ਆਪਾਂ ਵਾਰਸ ਸਮਝ ਲਈਏ ਜਾਂ ਜੋ ਮਰਜ਼ੀ ਸਮਝ ਲਈਏ, ਕਿਸ ਉਹਦੇ ਸੰਦਰਭ 'ਚ ਅਸੀਂ ਰੱਖਦੇ ਹਾਂ, ਹਕੀਕਤ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਸ਼ਹੀਦਾਂ ਦੀ ਜਥੇਬੰਦੀ ਹੈ ਤੇ ਉਸ ਦਾ ਵਾਰਸ ਪੰਥ ਹੈ, ਪੰਥ ਡਿਸਾਈਡ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੌਣ ਲੀਡ ਕਰਦਾ ਹੈ। ਸੋ ਇੱਕ ਤਾਂ ਇਹਦਾ ਇਹ ਪਰਸਪੈਕਟਿਵ ਹੈਗਾ। ਦੂਸਰੀ ਗੱਲ ਇਹ ਹੈ ਕਿ ਬਈ ਜਿਸ ਤਰੀਕੇ ਦੀਆਂ ਆਵਾਜ਼ਾਂ ਆ ਰਹੀਆਂ ਉਹ ਚਲੋ ਆਪਾਂ ਅੱਗੇ ਫਿਊਚਰ ਡਿਸਕਸ ਕਰਾਂਗੇ, ਪਰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਇਹ ਸਟੈਂਡ ਹੈ ਕਿ ਬਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪੰਥ ਹੀ ਡਿਸਾਈਡ ਕਰੇਗਾ, ਉਹੀ ਉਹ ਜਦੋਂ ਫਤਵਾ ਦੇਗਾ ਤੇ ਅਸਲੀ ਵਾਰਸ ਉਦੋਂ ਮੰਨਿਆ ਜਾਏਗਾ। ਅੱਜ ਦੀ ਤਰੀਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉਧਰ ਨੂੰ ਵੱਧ ਰਿਹਾ ਹੈ, ਉਹਦੇ ਲਈ ਕੰਮ ਕਰ ਰਿਹਾ ਤੇ ਲੋਕਾਂ ਦਾ ਕੌਨਫੀਡੈਂਸ ਜਿੱਤਣ ਦੀ ਕੋਸ਼ਿਸ਼ ਕਰ ਰਿਹਾ। ਠੀਕ ਹੈ ਜੀ। ਮਠਾੜੂ ਸਾਹਿਬ, ਤੁਸੀਂ ਅਮਰਿੰਦਰ ਸਿੰਘ ਹੋਣਾ ਦੀ ਗੱਲਬਾਤ ਸੁਣੀ ਹੈ, ਡਾਕਟਰ ਕੇ ਸਿੰਘ ਹੋਣਾ ਦੀ ਗੱਲਬਾਤ ਸੁਣੀ ਹੈ, ਤੇ ਤੁਸੀਂ ਜਿਹੜਾ ਖਾਸ ਤੌਰ ਤੇ ਅਮਰਿੰਦਰ ਸਿੰਘ ਇਹ ਕਹਿ ਰਿਹਾ ਹੈ ਕਿ ਪੰਥ ਹੀ ਡਿਸਾਈਡ ਕਰੂਗਾ ਕਿ ਅਸਲ ਵਾਰਸ ਕੌਣ ਹੈ ਤੇ ਅਕਾਲੀ ਦਲ ਉਸ ਪਾਸੇ ਵੱਲ ਵੱਧ ਰਿਹਾ, ਤੇ ਤੁਸੀਂ ਕਹਿ ਰਹੇ ਹੋ ਸੁਖਬੀਰ ਸਿੰਘ ਬਾਦਲ ਹੀ ਜਿਹੜੇ ਹੈਗੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਾਰਸ ਨੇ। ਦਰਸ਼ਕ ਜੀ, ਮੈਨੂੰ ਥੋੜਾ ਟਾਈਮ ਦੇ ਦਿਓ, ਇਹ ਗੱਲ ਵਧੀਆ ਤਰੀਕੇ ਨਾਲ ਕਰਨੀ ਪਊਗੀ। ਮੈਂ ਸਭ ਤੋਂ ਪਹਿਲੀ ਗੱਲ ਤਾਂ ਸਾਰੇ ਮੀਡੀਆ ਨੂੰ ਹੱਥ ਮੰਨ ਕੇ ਬੇਨਤੀ ਕਰਦਾ, ਤੁਹਾਨੂੰ ਵੀ ਬੇਨਤੀ ਕਰਦਾ, ਔਰ ਢੀਂਡਸਾ ਸਾਹਿਬ ਨੂੰ ਵੀ ਬੇਨਤੀ ਕਰਦਾ, ਸਾਡੇ ਸਤਿਕਾਰਯੋਗ ਔਰ ਸਾਰੇ ਲੀਡਰ ਸਾਹਿਬਾਨ ਸਾਰੇ ਬੁਲਾਰੇ ਸਾਡੇ ਸਤਿਕਾਰਯੋਗ ਹੈ, ਬੇਨਤੀ ਕਰਦਾ ਕਿ ਇੱਕ ਵਾਰੀ ਮੋਦੀ ਸਾਹਿਬ ਦਾ ਬਿਆਨ ਸੁਣਿਆ ਜਾਵੇ। ਪਹਿਲੀ ਗੱਲ ਤਾਂ ਮੈਂ ਡਾਕਟਰ ਕੇ ਸਿੰਘ ਦੀਆਂ ਦੇ ਨਾਲ ਵੀ ਸਹਿਮਤ ਹਾਂ, ਇੱਕ ਗੱਲ ਜਿਹੜੀ ਅਮਰਿੰਦਰ ਸਿੰਘ ਨੇ ਕੀਤੀ ਉਹਦੇ ਨਾਲ ਵੀ ਸਹਿਮਤ ਹਾਂ ਕਿ ਮੋਦੀ ਸਾਹਿਬ ਨਹੀਂ ਡਿਸਾਈਡ ਕਰਨਗੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਾਰਸ ਕੌਣ ਹੈ। ਦੂਜੀ ਗੱਲ, ਵਾਰਸ ਸ਼ਬਦ ਪੈਦਾ ਕਿੱਥੋਂ ਹੋਇਆ? ਮੋਦੀ ਸਾਹਿਬ ਦੀ ਸਪੀਚ ਸੁਣੋ, ਉਹਨਾਂ ਨੇ ਕਿਹਾ ਅਨੁਯਾਈ, ਅਨੁਯਾਈ ਜਿਹੜੇ ਬਾਦਲ ਸਾਹਿਬ ਦੇ ਅਨੁਯਾਈ ਆ ਉਹ
ਇੱਥੇ ਬੈਠੇ ਹੋਏ ਆ ਨਾ ਹੀ ਢੀਂਡਸਾ ਸਾਹਿਬ ਦਾ ਨਾਮ ਲਿਆ। ਮੈਨੂੰ ਤਾਂ ਬੜੀ ਹੈਰਾਨੀ ਹੋਈ ਹੈ, ਜਿਹੜੀ ਗੱਲ ਦਾ ਢੀਂਡਸਾ ਸਾਹਿਬ ਨੂੰ ਵਿਰੋਧ ਕਰਨਾ ਚਾਹੀਦਾ ਸੀ, ਦੋ ਦਿਨ ਹੋ ਗਏ ਉਹਨਾਂ ਨੂੰ ਥਾਪੀਆਂ ਮਾਰ ਕੇ ਮੀਡੀਆ ਦੇ ਵਿੱਚ ਕਹਿੰਦੇ ਮੈਂ ਬਾਦਲ ਸਾਹਿਬ ਦਾ ਦੇਖੋ ਉਹ ਹੈ ਵਾਰਸ ਹੈ, ਮੈਨੂੰ ਮੋਦੀ ਸਾਹਿਬ ਨੇ ਕਿਹਾ ਮੈਂ ਬਾਦਲ ਸਾਹਿਬ ਦਾ ਵਾਰਸ ਹੈ, ਮੈਨੂੰ ਇਸ ਗੱਲ ਦੀ ਸਮਝ ਆਉਂਦੀ। ਦਰਸ਼ਕ ਜੀ ਉਹਨਾਂ ਨੇ ਕਿਹਾ ਅਨਿਆਈ, ਅਨਿਆਈ ਸ਼ਬਦ ਦਾ ਮਤਲਬ ਉਹਨਾਂ ਚੇਲੇ ਜਿਹੜੇ ਉਹਦੇ ਪੈਰੋਕਾਰ ਹੁੰਦੇ ਆ ਜਾਂ ਸ਼ਗਿਰਦ, ਤੁਸੀਂ ਕੱਢ ਕੇ ਵੇਖ ਲਓ ਨਾ, ਅਨਿਆਈ ਸ਼ਬਦ ਦਾ ਮਤਲਬ ਹੁੰਦਾ ਸ਼ਗਿਰਦ ਚੇਲੇ। ਬਾਦਲ ਸਾਹਿਬ ਨੇ ਤਾਂ ਢੀਂਡਸਾ ਸਾਹਿਬ ਨੂੰ ਰੱਖਿਆ ਹੋਇਆ ਸੀ ਆਪਣੇ ਬਰਾਬਰ, ਤੇ ਉਹਨਾਂ ਨੇ ਉਹਨੂੰ ਕਿਹਾ ਚੇਲੇ, ਉਹਨਾਂ ਨੂੰ ਜਲੀਲ ਕੀਤਾ ਬਿਠਾ ਕੇ ਉੱਥੇ। ਉਹਨਾਂ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਸੀ, ਬਲਕਿ ਉਹਨਾਂ ਨੇ ਜਿੱਥੇ ਢੀਂਡਸਾ ਸਾਹਿਬ ਔਰ ਢੀਂਡਸਾ ਸਾਹਿਬ ਦਾ ਪੂਰਾ ਗਰੁੱਪ ਸਾਰੀਆਂ ਡਿਬੇਟਾਂ ਦੇ ਵਿੱਚ ਅਮਰਿੰਦਰ ਸਿੰਘ ਬਾਦਲ ਪਰਿਵਾਰ ਨੂੰ ਕੋਸ ਕੋਸ ਕੇ ਪੀਸ ਕੋਸ ਕੋਸ ਕੇ ਜਿਹੜਾ ਪਾਣੀ ਪੀ ਪੀ ਕੇ ਕੋਸਦੇ ਸੀ ਨਾ, ਅੱਜ ਬਾਦਲ ਸਾਹਿਬ ਦਾ ਚੇਲਾ ਹੋਣ ਤੇ ਢੀਂਡਸਾ ਸਾਹਿਬ ਨੂੰ ਫਕਰ ਮਹਿਸੂਸ ਹੋ ਰਿਹਾ ਕਿਉਂਕਿ ਮੋਦੀ ਸਾਹਿਬ ਨੇ ਕਹਿਤਾ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਾਰਸ ਨਹੀਂ ਕਿਹਾ ਢੀਂਡਸਾ ਸਾਹਿਬ, ਤੁਹਾਨੂੰ ਬਾਦਲ ਸਾਹਿਬ ਦੇ ਚੇਲੇ ਕਿਹਾ ਕਿ ਚੇਲੇ ਬੈਠੇ ਹੋਏ ਉਹਨਾਂ ਦੇ, ਵਾਰਸ ਨਹੀਂ ਕਿਹਾ ਉਹਨਾਂ ਦੇ ਸ਼੍ਰੋ। ਅਗਰ ਉਹ ਇਹ ਕਹਿੰਦੇ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਸਲੀ ਵਾਰਸ ਸਾਡੇ ਕੋਲ ਬੈਠੇ ਹੋਏ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਸਾਡੇ ਕੋਲ ਬੈਠਾ ਹੋਇਆ ਢੀਂਡਸਾ, ਫਿਰ ਮੰਨਦੇ? ਉਹਨਾਂ ਨੇ ਕਿਹਾ ਬਾਦਲ ਸਾਹਿਬ ਦਾ ਚੇਲਾ ਬੈਠਾ ਹੋਇਆ। ਇਸ ਗੱਲ ਨੂੰ ਥਾਪੀਆਂ ਮਾਰ ਰਹੇ ਆ, ਉਹ ਕਹਿ ਰਹੇ ਬਾਰਸ, ਬਾਰਸ ਸ਼ਬਦ ਕ੍ਰੀਏਟ ਕਰ ਲਿਆ ਖੁਦ ਹੀ, ਕੁਝ ਮੀਡੀਆ ਨੇ ਕ੍ਰੀਏਟ ਕਰ ਲਿਆ। ਅਸੀਂ ਤਾਂ ਹੈਰਾਨ ਇਸ ਗੱਲ ਤੋਂ ਆ, ਜਿਨ੍ਹਾਂ ਨੂੰ ਜਿਸ ਪਰਿਵਾਰ ਨੂੰ ਕੋਸਦੇ ਰਹਿੰਦੇ ਆ ਸਾਰਾ ਦਿਨ, ਕੋਸ ਉਹਦੇ ਚੇਲੇ ਹੋਣ ਦਾ ਫਕਰ ਮਹਿਸੂਸ ਕਰ ਰਹੇ। ਅਗਰ ਤਾਂ ਮੋਦੀ ਸਾਹਿਬ ਨੇ ਕਿਹਾ ਹੁੰਦਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਾਰਸ ਹੈ ਜੀ ਢੀਂਡਸਾ, ਫਿਰ ਤਾਂ ਗੱਲ ਅਸੀਂ ਸਮਝ ਆਉਂਦੀ ਸੀ। ਦੂਜੀ ਗੱਲ, ਅਗਲੀ ਗੱਲ ਜਿਹੜੀ ਮੈਂ ਜ਼ਿਆਦਾ ਕਰਨ ਵਾਲੀ ਹੈ, ਜਿੱਥੋਂ ਜਿਵੇਂ ਖੇਰ ਸਿੰਘ ਜੀ ਨੇ ਕਿਹਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਆ, ਇੱਕ ਗੱਲ ਤਾਂ ਕਲੀਅਰ ਹੋ ਗਈ ਨਾ ਕਿ ਅੱਜ ਪਤਾ ਲੱਗ ਗਿਆ ਕਿ ਆਰਐਸਐਸ ਔਰ ਬੀਜੇਪੀ ਦੇ ਹੱਥਾਂ ਵਿੱਚ ਕੌਣ ਖੇਡਦਾ। ਹੁਣ ਸਾਡੇ ਅਮਰਿੰਦਰ ਸਿੰਘ ਹਰ ਵਾਰ ਕੋਸਦੇ ਆ, ਤੁਸੀਂ ਤਾਂ ਜੀ ਆਰਐਸਐਸ ਪਿੱਛੇ ਚੱਲਦੇ ਹੋ, ਤੁਸੀਂ ਬੀਜੇਪੀ ਦੇ ਪਿੱਛੇ ਚੱਲਦੇ ਹੋ, ਅੱਜ ਉਹਨਾਂ ਦੇ ਤੁਸੀਂ ਬੁਲਾਰੇ ਬਣ ਕੇ ਬੈਠੇ ਹੋਏ ਹੋ। ਹੈਰਾਨੀ ਤਾਂ ਇਸ ਗੱਲ ਦੀ ਹੈ ਨਾ, ਸਰਦਾਰ ਸੁਖਵੀਰ ਸਿੰਘ ਬਾਦਲ, ਦੇਖੋ ਢੀਂਡਸਾ ਸਾਹਿਬ ਕਿੰਨੇ ਉਤਾਵਲੇ ਹੋਏ ਆ ਬਾਦਲ ਸਾਹਿਬ ਦੇ ਵਾਰਸ ਬਣਨ ਵਾਸਤੇ, ਬਾਦਲ ਸਾਹਿਬ ਦੇ ਵਾਰਸ ਬਣਨ ਵਾਸਤੇ ਉਤਾਵਲੇ ਆ, ਸ਼੍ਰੋਮਣੀ ਅਕਾਲੀ ਦਲ ਦੇ ਵਾਰਸ ਨਹੀਂ, ਨਾਲੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਚੁੱਕੇ ਨੇ, ਸ਼੍ਰੋਮਣੀ ਅਕਾਲੀ ਦਲ ਛੱਡ ਕੇ ਬਾਅਦ ਦੇ ਵਿੱਚ ਬੀਜੇਪੀ ਨਾਲ ਜਾਂ ਕਿਸੇ ਹੋਰ ਪਾਰਟੀ ਨਾਲ ਸਮਝੌਤਾ ਕਰਕੇ ਇਲੈਕਸ਼ਨ ਲੜ ਚੁੱਕੇ ਨੇ, ਅੱਜ ਉਹ ਕਹਿੰਦੇ ਸੀ ਬਾਦਲ ਸਾਹਿਬ ਦੇ ਜਿਹੜੇ ਹੈਗੇ ਆ ਪੈਰੋਕਾਰ ਹੈਗੇ ਆ ਜੀ ਬਾਦਲ ਸਾਹਿਬ ਦੇ, ਫਿਰ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ, ਭਾਈ ਸ਼੍ਰੋਮਣੀ ਅਕਾਲੀ ਦਲ ਦੇ ਪੈਰੋਕਾਰ ਆ ਬਾਦਲ ਸਾਹਿਬ ਦੇ ਨਹੀਂ? ਇੱਕ ਪਾਸੇ ਤੁਸੀਂ ਇਲਜ਼ਾਮ ਲਾਉਂਦੇ ਹੋ ਕਿ ਬਾਦਲ ਪਰਿਵਾਰ ਹੈ ਜੀ, ਬਾਦਲ ਪਰਿਵਾਰ ਹੈ, ਬਾਕੀ ਮੈਂ ਅਮਰਿੰਦਰ ਸਿੰਘ ਦੀ ਗੱਲ ਦਾ ਜਵਾਬ ਦੇਣਾ ਚਾਹੂੰਗਾ। ਇਹਨਾਂ ਨੇ ਕਿਹਾ ਬਾਦਲ ਪਰਿਵਾਰ ਹੈ ਜਿਹੜਾ ਜਾਂ ਬਾਦਲ ਪਰਿਵਾਰ ਹੈ ਉਹਨਾਂ ਨੂੰ ਪੰਥ ਨੇ ਨਕਾਰਤਾ, ਨਕਾਰਿਆ ਨਹੀਂ, ਇੱਕ ਪਰਿਵਾਰ ਦੇ ਦੋ MP ਨੇ, ਦੋ MPਾਂ ਦੇ ਥੱਲੇ 18 ਵਿਧਾਨ ਸਭਾ ਹਲਕੇ ਆਉਂਦੇ ਆ। ਤੁਸੀਂ ਢੀਂਡਸਾ ਸਾਹਿਬ ਨੂੰ ਵੋਟਾਂ ਦੇਖ ਲਓ ਕਿੰਨੀਆਂ ਪਈਆਂ ਅਲੱਗ ਹੋ ਕੇ, ਜਾਂ ਤੁਹਾਡਾ ਕਿਹੜਾ ਬੰਦਾ ਜਿਹੜਾ ਅਲੱਗ ਹੋ ਕੇ ਕਿੰਨੀਆਂ ਵੋਟਾਂ ਲੈ ਗਿਆ। ਬਾਦਲ ਪਰਿਵਾਰ ਦੇ ਅੱਜ ਵੀ ਦੋ MP ਜਿੱਤੇ ਹੋਏ, ਤੁਸੀਂ ਕਿਵੇਂ ਕਹਿ ਸਕਦੇ ਹੋ ਬਾਦਲ ਪਰਿਵਾਰ ਨੂੰ ਜਿਹੜਾ ਪੰਥ ਨੇ ਉਹ ਕਰ ਦਿੱਤਾ ਹੈਗਾ, ਉਹ ਤਾਂ ਅੱਜ ਵੀ MP ਨੇ, ਪਾਵਰ ਦੇ ਵਿੱਚ ਨੇ, ਤੁਸੀਂ ਕਿਵੇਂ ਕਹਿ ਸਕਦੇ ਹੋ ਉਹਨਾਂ ਕੋਲ ਪੋਲੀਟੀਕਲ ਪਾਵਰ ਨਹੀਂ ਹੈ? ਅੱਜ ਵੀ MP ਨੇ, ਔਰ ਪ੍ਰਮਾਤਮਾ ਭਲੀ ਕਰੇ ਸਾਰਾ ਕਾਡਰ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਹੈ, ਉਹ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ। ਵਾਰਸਾਂ ਵੂਰਸਾਂ ਦੀ ਗੱਲ ਜਿਹੜੀ ਹੈਗੀ ਆ ਉਹ ਇਹ ਤੁਹਾਡੀ ਠੀਕ ਹੈ ਕਿ ਪੰਥ ਵਾਰਸ ਹੈ ਔਰ ਪੰਥ ਨੇ ਵੋਟਾਂ ਪਾ ਕੇ ਡੈਲੀਗੇਟਸ ਨੇ ਉਹਨਾਂ ਨੂੰ ਬਣਾਇਆ ਹੋਇਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ। ਹਾਂ ਤੁਸੀਂ ਪਾਰਟੀਆਂ ਭੰਗ ਕਰੋ, ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰੋ, ਫਿਰ ਡੈਲੀਗੇਟਾਂ ਦੀਆਂ ਵੋਟਾਂ ਪੈਣੀਆਂ। ਜੇ ਤੁਹਾਨੂੰ ਪ੍ਰਧਾਨ ਬਣਾ ਦਿੰਦੇ ਹੈ ਵਧੀਆ ਗੱਲ ਹੈ, ਆ ਜਾਓ ਹੁਣ ਤੁਸੀਂ ਵੀ ਬਣ ਲਓ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ। ਹੁਣ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਿਸੇ ਨੇ ਬਣਾ ਦੇਣਾ? ਮਠਾੜੂ ਸਾਹਿਬ ਠੀਕ ਹੈ ਕਿ ਇਸ ਸਮੇਂ ਅਕਾਲੀ ਦਲ ਬਾਦਲ ਦੇ ਦੋ ਮੈਂਬਰ ਪਾਰਲੀਮੈਂਟ ਵੀ ਹੈਗੇ ਨੇ ਤੇ ਉਸਦੇ ਅਧੀਨ 17 ਹਲਕੇ ਵੀ ਆਉਂਦੇ ਆ, ਤੇ ਜਦੋਂ ਵੀ ਕੋਈ ਸਿਆਸੀ ਟੱਕਰ ਹੁੰਦੀ ਹੈ ਜਾਂ ਸਿਆਸੀ ਮੁਕਾਬਲਾ ਹੁੰਦਾ ਹੈ, ਮਤਲਬ ਕਹਿਣ ਤੋਂ ਭਾਵ ਕੋਈ ਚੋਣ ਹੁੰਦੀ ਹੈ, ਅਕਾਲੀ ਦਲ ਬਾਦਲ ਦੀ ਉੱਥੇ ਹੋਂਦ ਨਜ਼ਰ ਵੀ ਆਉਂਦੀ ਹੈ। ਇਹ ਗੱਲ ਅਲੱਗ ਹੈ ਕਿ ਪਹਿਲਾਂ ਵਰਗੀ ਉਹ ਸ਼ਕਤੀ ਨਹੀਂ ਰਹੀ ਹੈ। ਖੈਰ ਆਉਣ ਵਾਲੇ ਸਮੇਂ 'ਚ ਦੇਖਾਂਗੇ ਕਿ ਅਕਾਲੀ ਦਲ ਬਾਦਲ ਕਿੱਥੇ ਤੱਕ ਪਹੁੰਚਦਾ ਹੈ। ਬਰਾੜ ਸਾਹਿਬ ਤੁਸੀਂ ਡਾਕਟਰ ਕੇਹਰ ਸਿੰਘ ਉਹਨਾਂ ਨੂੰ ਵੀ ਸੁਣਿਆ, ਅਮਰਿੰਦਰ ਸਿੰਘ ਜੀ ਨੂੰ ਵੀ ਸੁਣਿਆ, ਮਠਾੜੂ ਸਾਹਿਬ ਨੂੰ ਵੀ ਸੁਣਿਆ, ਤੇ ਇਸ ਸਾਰੇ ਜਿਹੜਾ ਮਤਲਬ ਗੱਲਬਾਤ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਇਹ ਵਾਰਸ ਵਾਲੀ ਜਿਹੜੀ ਗੱਲਬਾਤ ਸਾਹਮਣੇ ਆਈ ਹੈ ਤੇ ਮਠਾੜੂ ਸਾਹਿਬ ਕਹਿੰਦੇ ਅਨਿਆਈ ਕਿਹਾ, ਚੇਲੇ ਕਿਹਾ, ਪੈਰੋਕਾਰ ਕਿਹਾ, ਇਹ ਸਭ ਕੁਛ ਕਿਸ ਤਰੀਕੇ ਨਾਲ ਹੈ, ਤੇ ਜਿਹੜਾ ਮੋਦੀ ਸਾਹਿਬ ਦਾ ਬਿਆਨ ਹੈ ਉਹ ਕੁਛ ਭੰਬੜ ਭੂਸਾ ਕ੍ਰੀਏਟ ਕਰਨ ਦੀ ਤਾਂ ਨਹੀਂ ਗੱਲਬਾਤ ਹੈ? ਦੇਖੋ ਦਰਸ਼ਕ ਜੀ, ਅਨਿਆਈ ਕਿਹਾ, ਵਾਰਸ ਕਿਹਾ, ਜਿਵੇਂ ਮੀਡੀਆ ਦੇ ਵਿੱਚ ਚਰਚਾ ਚੱਲ ਰਹੀ ਆ, ਤੇ ਉਸ ਸੰਬੰਧ ਦੇ ਵਿੱਚ
ਜਿਹੜੀਆਂ ਕੁਝ ਜਿਹੜੀਆਂ ਹੁਣ ਡਾਕਟਰ ਕੇਰ ਸਿੰਘ ਹੋਣਾਂ ਨੇ ਗੱਲਾਂ ਕੀਤੀਆਂ ਉਹ ਬੜੀਆਂ ਵਧੀਆ ਠੋਸ ਗੱਲਾਂ ਕੀਤੀਆਂ ਉਹਨਾਂ ਨੇ ਕਿਉਂਕਿ ਕਿਸੇ ਵੀ ਜਿਹੜੀ ਆਪਾਂ ਰਾਜਨੀਤਿਕ ਪਾਰਟੀ ਦੀ ਪਹਿਲਾਂ ਗੱਲ ਕਰ ਲਈਏ ਬਾਅਦ ਚ ਪੰਥ ਵਾਲੀ ਗੱਲ ਤੇ ਆਊਂਗਾ। ਰਾਜਨੀਤਿਕ ਪਾਰਟੀ ਦਾ ਜਿਹੜਾ ਵੀ ਕੋਈ ਵੀ ਜਿਹੜਾ ਉਹਨਾਂ ਨੇ ਪ੍ਰਧਾਨ ਚੁਣਨਾ ਹੁੰਦਾ ਚਾਹੇ ਉਹ ਅਕਾਲੀ ਦਲ ਬਾਦਲ ਆ ਚਾਹੇ ਕੋਈ ਹੋਰ ਆ ਤਾਂ ਉਹਨਾਂ ਦੇ ਅਹੁਦੇਦਾਰ ਉਹਨਾਂ ਦੀ ਐਗਜੈਕਟਿਵ ਕਮੇਟੀਆਂ ਉਹਨਾਂ ਦੇ ਮੈਂਬਰ ਉਹਨਾਂ ਦੇ ਜਿਹੜੇ ਸਿਸਟਮ ਆ ਉਹਦੇ ਅਨੁਸਾਰ ਚੁਣੇ ਜਾਂਦੇ ਆ। ਇਹ ਤਾਂ ਹੈਗੀ ਇੱਕ ਗੱਲ ਪ੍ਰਧਾਨਗੀ ਦੀ ਵੀ ਕਿਹੜਾ ਉਸ ਦਲ ਦਾ ਪ੍ਰਧਾਨ ਬਣੂਗਾ ਤੇ ਦੂਜੇ ਪਾਸੇ ਜਿਹੜੇ ਅਮਰਿੰਦਰ ਸਿੰਘ ਜੀ ਨੇ ਗੱਲ ਕਹੀ ਆ ਵੀ ਅਸਲੀ ਅਕਾਲੀ ਦਲ ਬਾਦਲ ਇੱਕ ਰਾਜਨੀਤਿਕ ਪਾਰਟੀ ਆ ਜਿਵੇਂ ਯੂਨਾਈਟਿਡ ਅਕਾਲੀ ਦਲ ਆ ਵੀ ਪੰਥ ਇੱਕ ਜਿਹੜੀ ਆ ਉਹ ਪੰਥ ਦੇ ਜਿਹੜੇ ਸਿਧਾਂਤ ਆ ਉਹ ਇੱਕ ਵੱਖਰੀ ਆ ਤੇ ਪੰਥ ਦਾ ਜਿਹੜਾ ਫੈਸਲਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਹੋਊਗਾ। ਅਮਰਿੰਦਰ ਸਿੰਘ ਦੀ ਇਸ ਗੱਲ ਦੇ ਵਿੱਚ ਵੀ ਬਹੁਤ ਵਜਨ ਆ ਤੇ ਪਰ ਮੈਂ ਇੱਕ ਗੱਲ ਇਹ ਜ਼ਰੂਰ ਕਹਿਣੀ ਚਾਹੂੰਗਾ ਵੀ ਜਿਵੇਂ ਮੋਦੀ ਨੇ ਗੱਲ ਕਹੀ ਆ ਮੋਦੀ ਨੇ ਗੱਲ ਕਿਉਂ ਕਹੀ ਆ ਇਸ ਪਿਛੋਕੜ ਵੱਲ ਜਾਣ ਦੀ ਲੋੜ ਆ ਵੀ ਮੋਦੀ ਨੇ ਕੋਈ ਵੀ ਜਦੋਂ ਵੱਡੀ ਪਾਰਟੀ ਜਿਹਦੇ ਨਾਲ ਹਰੇਕ ਪਾਰਟੀ ਗੱਠਜੋੜ ਕਰਨ ਨੂੰ ਭੱਜੀ ਫਿਰਦੀ ਆ ਭਾਵੇਂ ਪਿੱਛੇ ਜੇ ਅਕਾਲੀ ਦਲ ਬਾਦਲ ਵਾਲੇ ਵੀ ਕਾਫੀ ਜ਼ੋਰ ਲਾਇਆ ਉਹ ਵੱਖਰੀ ਗੱਲ ਆ ਵੀ ਇਹਨਾਂ ਦੀਆਂ ਸੀਟਾਂ ਦੀ ਐਡਜਸਟਮੈਂਟ ਕਰਕੇ ਜਾਂ ਅੰਦਰੂਨੀ ਕੋਈ ਹੋਰ ਗੱਲਾਂ ਹੋਣਗੀਆਂ ਉਹ ਇਹਨਾਂ ਦੀ ਗੱਲ ਨਹੀਂ ਸਿਰੇ ਚੜ੍ਹੀ ਪਰ ਇਹਦੇ ਵਿੱਚ ਵੀ ਬਹੁਤ ਸਾਰੇ ਇਹਨਾਂ ਲੀਡਰਾਂ ਦਾ ਬਿਆਨ ਆਇਆ ਵੀ ਅਸੀਂ ਪਹਿਲਾਂ ਵੀ ਇਕੱਠੇ ਰਹੇ ਹਾਂ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਇਕੱਠੇ ਹੋਣ ਬਾਰੇ ਤੇ ਚਲੋ ਢੀਂਡਸਾ ਸਾਹਿਬ ਦੀ ਉਹਨਾਂ ਨਾਲ ਨੇੜਤਾ ਜੱਗ ਜਾਹਰ ਸੀਗੀ ਤੇ ਮੈਂ ਹੁਣ ਗੱਲ ਕਰਨੀ ਚਾਹੁੰਦਾ ਮੋਦੀ ਦੇ ਪੱਖ ਤੋਂ ਮੋਦੀ ਨੇ ਗੱਲ ਕਿਉਂ ਕਹੀ ਕਿਉਂਕਿ ਜੋ ਮੈਂ ਉਹਨਾਂ ਨੇ ਕਿਹਾ ਵੀ ਬਾਦਲ ਸਾਹਿਬ ਦੇ ਜਿਹੜੇ ਅਨਿਆਈ ਆ ਜਾਂ ਵਾਰਸਾਂ ਢੀਂਡਸਾ ਸਾਹਿਬ ਬੈਠੇ ਆ ਤੇ ਉਹਨਾਂ ਨੇ ਸੱਦਾ ਵੀ ਉਹਨਾਂ ਦਿਆ ਕਿਉਂਕਿ ਜੇਕਰ ਤੁਸੀਂ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਬਾਦਲ ਦੀ ਜਿਹੜੀ ਕਾਰਜ ਪ੍ਰਣਾਲੀ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦੇ ਤੋਂ ਉਹਨਾਂ ਦੀ ਆਵਾਜ਼ ਕਰੋ ਤਾਂ ਤੁਹਾਨੂੰ ਪਤਾ ਲੱਗ ਜੂਗਾ ਵੀ 1996 ਤੋਂ ਬਾਅਦ ਅਕਾਲੀ ਦਲ ਬਾਦਲ ਪੰਥਕ ਵਿਚਾਰਧਾਰਾ ਤੋਂ ਸਿੱਖ ਸਿਧਾਂਤਾਂ ਤੋਂ ਵਿਹੁਣਾ ਹੋ ਚੁੱਕਿਆ ਸੀਗਾ। ਉਹ ਸਾਰੀ ਜਿਹੜੀ ਵਿਚਾਰਧਾਰਾ ਸੀਗੀ ਖਾਸ ਤੌਰ ਤੇ ਇੱਕ ਜਿਹੜੀ ਮਨੂਵਾਦੀ ਸਿਆਸਤ ਵਾਂਗੂ ਇਹਨਾਂ ਦੀ ਵਿਚਾਰਧਾਰਾ ਆ ਗਈ ਸੀ ਜਿਵੇਂ ਅਕਾਲ ਤਖ਼ਤ ਦੇ ਸਿਧਾਂਤਾਂ ਦਾ ਘਾਣ ਹੋਇਆ ਜਿਵੇਂ ਹੋਇਆ ਤੁਹਾਡੇ ਸਭ ਦੇ ਸਾਹਮਣੇ ਆ। ਡਾਕਟਰ ਹਰਜਿੰਦਰ ਸਿੰਘ ਦਲਗੀਰ ਜਿਹੜੇ ਕਿ ਨੈਸ਼ਨਲ ਪ੍ਰੋਫੈਸਰ ਰਹੇ ਆ ਸਿੱਖ ਸਟੱਡੀਜ਼ ਦੇ ਤੇ ਡਾਇਰੈਕਟਰ ਰਹੇ ਆ ਸਿੱਖ ਇਹਨਾਂ ਦੇ ਸਿੱਖ ਰਿਸਰਚ ਬੋਰਡ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਆਪਣੀ ਕਿਤਾਬ ਲਿਖੀ ਸੀ ਸਿੱਖ ਹਿਸਟਰੀ ਉਹਦੀ 9ਵੀਂ ਜਿਲਤ ਦੇ ਵਿੱਚ ਹਾਈਜੈਕਿੰਗ ਆਫ ਦਾ ਸਿੱਖਸ ਵਿੱਚ ਉਹ ਲਿਖਦੇ ਆ ਕਿ 1994 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ RSS ਨਾਲ ਨੇੜਤਾ ਹੋ ਗਈ ਸੀਗੀ ਤੇ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਇਸ ਗੱਲ ਦਾ ਕੋਟ ਕੀਤਾ ਵੀ ਮੈਨੂੰ ਇਹ ਗੱਲ ਗੁਰਚਰਨ ਸਿੰਘ ਟੌੜਾ ਨੇ ਹਰਮੇਲ ਸਿੰਘ ਟੌੜਾ ਦੀ ਕੋਠੀ ਵਿਖੇ ਦੱਸੀ ਸੀਗੀ। ਤੋ ਉਸ ਤੋਂ ਬਾਅਦ ਜਿਸ ਤਰ੍ਹਾਂ ਮੂਲ ਨਾਨਕ ਸ਼ਾਹੀ ਕੈਲੰਡਰ ਦਾ ਭੋਗ ਪਾਇਆ ਗਿਆ ਉਹ ਤੁਹਾਡੇ ਸਭ ਦੇ ਸਾਹਮਣੇ ਆ ਤੇ ਕਿਸ ਤਰੀਕੇ ਗੱਲ ਪਾਰਟੀ ਪੰਜਾਬੀ ਪਾਰਟੀ ਬਣੀ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ BJP ਨਾਲ ਆਏ ਤੇ BJP ਨਾਲ ਨੇੜਤਾ ਹੋਈ ਉਹ ਵੀ ਜਿਵੇਂ ਡੇਰਾ ਸੱਚਾ ਸੌਦਾ ਜਿਹੜਾ ਪਖੰਡੀ ਸਾਧ ਆ ਕਿਸ ਤਰ੍ਹਾਂ ਉਹਦੇ ਨਾਲ ਨੇੜਤਾ ਹੋਈ ਉਸ ਨੇੜਤਾ ਦੇ ਵਿੱਚ ਸਾਰੇ ਸ਼ਾਮਿਲ ਸੀਗੇ ਚਾਹੇ ਢੀਂਡਸਾ ਸੀਗਾ ਚਾਹੇ ਬਾਦਲ ਸੀਗੇ ਸਾਰੇ ਸੀਗੇ ਸਾਰੇ ਵੋਟਾਂ ਲਈ ਤਰਲੋ ਮੱਛੀ ਹੁੰਦੇ ਰਹੇ। ਤੇ ਢੀਂਡਸਾ ਸਾਹਿਬ ਦੀ ਇੱਕ ਗੱਲ ਬੜੀ ਤੁਹਾਨੂੰ ਵਾਚਣ ਵਾਲੀ ਹੈ ਜਿਹੜੀ ਪਿੱਛੇ ਜੇ ਸੋਸ਼ਲ ਮੀਡੀਆ ਦੇ ਵਿੱਚ ਬੜੀ ਸਰਕਲ ਦੇ ਵਿੱਚ ਆ ਰਹੀ ਆ ਢੀਂਡਸਾ ਸਾਹਿਬ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਜਦੋਂ ਉਹਨਾਂ ਦਾ ਭੋਗ ਪੈ ਚੁੱਕਿਆ ਸੀਗਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਸੇ ਪੱਤਰਕਾਰ ਨੇ ਉਹਨਾਂ ਨੂੰ ਗੱਲ ਪੁੱਛੀ ਵੀ ਤੁਸੀਂ ਬਾਦਲ ਸਾਹਿਬ ਬਾਰੇ ਤੁਹਾਡੇ ਕੀ ਵਿਚਾਰ ਆ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਬਾਦਲ ਸਾਹਿਬ ਹਮੇਸ਼ਾ ਆਪਣੇ ਵਿਚਾਰਾਂ 'ਚ ਸਥਿਰ ਰਹੇ ਉਹਨਾਂ ਨੇ ਕਦੇ ਵੀ ਕਿਸੇ ਦਾ ਕਿਸੇ ਗੱਲ ਤੋਂ ਘਬਰਾਏ ਨਹੀਂ। ਪਰ ਪਹਿਲੀ ਵਾਰ ਇੱਕ ਗੱਲ ਤੋਂ ਘਬਰਾਏ ਜਦੋਂ ਉਸ ਸਮੇਂ ਅਕਾਲ ਤਖ਼ਤ ਦੇ ਇੱਕ ਐਕਟਿੰਗ ਕਾਰਜਕਾਰੀ ਜਥੇਦਾਰ ਭਾਈ ਪ੍ਰੋਫੈਸਰ ਮਨਜੀਤ ਸਿੰਘ ਨੇ ਉਹਨਾਂ ਨੂੰ ਜਦੋਂ ਅਕਾਲੀ ਦਲਾਂ ਦੇ ਏਕੇ ਦੀ ਗੱਲ ਕਰੀ ਸੀਗੀ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਿਆ ਸੀਗਾ ਜਿਹਦੇ 'ਚ ਸਾਰੇ ਬਰਨਾਲਾ ਗੁਰਚਰਨ ਸਿੰਘ ਟੌੜਾ ਤਲਵੰਡੀ ਹੋਣੀ ਸਾਰੇ ਸਿਮਰਜੀਤ ਸਿੰਘ ਮਾਮਣੀ ਘੱਟ। ਤੁਸੀਂ ਆਪਣੀ ਗੱਲ ਜਾਰੀ ਰੱਖਿਓ ਇਸ ਸਮੇਂ ਬ੍ਰੇਕ ਦਾ ਇੱਕ ਸਮਾਂ ਹੋ ਰਿਹਾ ਲੈਣੇ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ। ਬਰਾੜ ਸਾਹਿਬ ਇਹ ਦੱਸ ਰਹੇ ਨੇ ਕਿ ਇੱਕ ਵਾਰੀ ਢੀਂਡਸਾ ਸਾਹਿਬ ਨੇ ਜਦੋਂ ਉਹਨਾਂ ਦੇ ਭੋਗ ਤੋਂ ਬਾਅਦ ਜਿਹੜੀ ਗੱਲਬਾਤ ਕਹੀ ਤੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਇੱਕ ਵਾਰ ਜ਼ਰੂਰ ਜਿਹੜਾ ਹੈਗਾ ਛਿੜਕੇ ਨੇ ਤੇ ਉਹ ਗੱਲ ਤੁਸੀਂ ਹੁਣ ਜਾਰੀ ਰੱਖ ਸਕਦੇ ਹੋ। ਬਰਾੜ ਸਾਹਿਬ ਢੀਂਡਸਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਸਾਰੇ ਦੇਖ ਸਕਦੇ ਹੋ ਜਿੰਨੇ ਵੀ ਪੈਨਲਿਸਟ ਬੈਠੇ ਆ
उन्होंने गल कही भी सरदार प्रकाश सिंह बादल घबराए हुए सीगे ते उन्होंने मैनू पूछा भी हुण की करना चाहिए तो मैं उन्होंने राय दे भी अपने बिल्कुल ही जड़ा इस गल की अपना परवाह ना करिए इस गल का जोड़ा हैगा सिस्टम अकाल तख्त साहब से जोड़ा बुलाने वाली गल आ उस तो थोड़ा पर मतलब उन्होंने राय दी भी उसकी परवाह करने की लड़ नहीं मतलब अकाल तख्त साहब की परवाह करने की लड़ नहीं उन्होंने सीधी गल की तो उस तो बाद किस तरह हजार जड़ा अपने जोड़े बंदे सके वर्कर उन्होंने कट्ठ करके भाई मनजीत सिंह अकाल तख्त साहब के जहेदार से जो प्रोफेसर मनजीत सिंह उत्थे गए तो जिमें मनजीत सिंह उत्थे गाली गलोच होया जिमें धक्के मारे गए जिस तरह वह अंदर बढ़ के गुसलखाने बढ़ के लुके अपने आप को बचाया वो तुहाडे सब के सामने तो वो सलाहकार कौन सीगे वो सलाहकार उन्होंने मुताबिक भी असी मुख सलाहकार सीगे सो मोदी नूं अजिहे बंदे पसंद आ मोदी नूं वो बंदे पसंद आ सब तो ज़्यादा जिहड़े आर एस एस दियां जिहड़ियां उन्हां दियां नीतियां अनुसार चलन बेश सिख कौम का भावें घाण हुंदा जिन्ना मर्जी हो जाए पंथ की कोई गल होवे ना होवे उन्होंने वह गल इत्थे तक भी जिहड़ा इजहार आलम आ इजहार आलम की सब तो ज़्यादा नेड़ता जिस परिवार नाल सी ढिंडसा होना नाल उन्होंने एरिए का सीगा तो उन्होंने किस तरीके गल सारा कुछ करके उहदी जिहड़ी वाइफ आ जिहड़ा कि सिख नसल कोसी का दूसी सीगा उहनूं टिकट दवाई गई अकाली दल च आया तो हुण इन्हां दे नेड़े आ अकाली दल दे नेड़े आ समेर सैणी दा आणा तो जिहड़ा वादे करे सीगे भी असीं जो खाड़कूवाद अतवाद का जिहड़ा दौर सीगा जिवें पुलिस अफसर ने सिख जवानों की नसल कुसी की वह सारे की असं जांच करावे वध अधिकारां की गल करांगे आनंदपुर साहब के मते की गल करांगे सारिया छाई माई हो गई ईवन अकाल तख्त के सबका जहेदार गुरदेव सिंह कौंके की जिहड़ी शहादत हुई सी उहदी रिपोर्ट जिहड़ी ADGP त्यागी ने की सी वह भी दवा दित्ती गई प्रकाश सिंह बादल के समय क्यों दवाई गई सब के सामने आ तो जिस तरह बरगाड़ी के कोटपुरा बहबल काल कांड होया गुरु ग्राम साहब दी बेदवियां हुई लुधियाना कांड होया सिख नौजवान मारे गया तो बटाले कांड होया बटाले के भी एक नौजवान शहीद होया वो सारा सानू पता मैं दहरान की गल नहीं करता मैं एको गल कहनी चाहना मोदी अपने अनुसार सियासत कर रहा है ये सियासत हुण इन्होंने देखनी है अकाली दलों ने भी इन्होंने पंथ अनुसार चलना है या मोदी अनुसार चलना है पर एक गल मैं जरूर इत्थे गल कहूँगा भी जेकर इन्होंने पंथ की सियासतों पर मूह कर मोदी जोगी रह जाएंगे पंथ तो दूर हो जाएंगे ये बिल्कुल ठीक है ठीक है पठानू साहब तुसी बराड़ साहब की गलबात सुनी है तो ये उन्होंने काफ़ी कुछ इंकशाफ भी किया तो उन्होंने ये गल भी कही है कि यह अकाली दल ने देखना है कि असल दे विच चलना किवें है तो अकाली दल भी कई बार देखा है कि लगातार मोदी उन्होंने NDA के जाने लिए उतावला हो जाता है इतने कई बार गल्लां बात आई ने कि असं भाजपा के नाल गठजोड़ कर रहे हैं तो हुण जिहड़ा है अकाली दल का की स्टैंड है मैं पहली गल तां दर्शक जी तुहानूं एक गल पुछनी चाहांगा श्रोमणी अकाली दल के प्रधान सरदार सुखबीर सिंह बादल जां किसी सीनियर लीडर का किस दिन बयान आया कि श्रोमणी अकाली दल का समझौता हो रहा है जां BJP के अमित शाह का जां नरेंद्र मोदी का किस दिन फोन आया किस दिन जिहड़ी है कि स्टेटमेंट आई है भी समझौता हो रहा है यह मीडिया दीआं क्रिएट कीतीआं होईआं गल्लां ते विरोधीआं दीआं क्रिएट कीतीआं गल्लां क्योंकि विरोधी यह हउआ बना के रखना चाहते हैं भी ये तो जी BJP ने ताकि सिख वोट जी है श्रोमणी अकाली दल के ना जुड़ सके एक गल दूजी गल अज मैं एक गल क्लीयर करनी चाहवागा मैं इंटरव्यू सुन रहा सरदार सुखदेव सिंह ढींडसा का अज ही किसी पत्रकार भीर ने पूछा कहिंदे ढींडसा साहब की श्रोमणी अकाली दल जिहदे प्रधान सरदार सुखबीर सिंह बादल आ उन्हां दा समझौता BJP नाल हो सकता वह कहिंदे नहीं नहीं जिन्ना चिर सुखबीर बादल प्रधान है समझौता कदे हो ही नहीं सकता फिर यह गल का आप अर्थ कढ़ीए कि असी समझौता करना है ढींडसा साहब उतावले आ समझौता इन्हों का हो चुकिया इन्हों की आपकी वर्डिंग है कि श्रोमणी अकाली दल का समझौता उन्ना चिर हो ही नहीं सकता जिन्ना चिर सुखबीर सिंह बादल प्रधान है इस यदा मतलब कढ़ लो तुसी सीनियर जर्नलिस्ट हो बड़े वधिया पत्रकार हो यदा मतलब कढ़ लो की बनता है कि श्रोमणी अकाली दल कित्थे खड़ा है मैनू तो स्टैंड लैण की जरूरत ही नहीं है साडा स्टैंड तो ढींडसा साहब ले जाते हैं मैनू स्टैंड लैण की तो जरूरत ही नहीं पैनी ढींडसा साहब ने क्लीयर तो करता अपने इंटरव्यू सुन लो इंटरव्यू के क्लीयर किया उन्होंने कहते फिर प्रधान तो साडा सरदार सुखबीर सिंह बादल ही आ श्रोमणी अकाली दल का उन्होंने तो हले तक किसी ने बदलिया नहीं कोई चोण नहीं हुई हले तक रहना है तो वो फिर स्टैंड तो साडा ढींडसा साहब ने स्पष्ट करता ए कोई बड़ा स्टैंड देने वाली कोई गल रही नहीं साड़ी मेरे लाभ ठीक है अमरिंदर सिंह जी तुसी बराड़ साहब की गलबात सुनी है तो मठाड़ू साहब की गल सुनी है तो ये बेशक ढींडसा साहब मोदी साहब के नेड़े जा रहे हैं जा आप NDA के जा रहे हैं
पर तुसी ए भी है कि जिहड़ी भारतीय जनता पार्टी है वह अकाली लीडरशिप नूं आरएसएस दीआं लीहां ते चलाउणा चाहुंदी है, ये गल भी सामने आई है। तो इस सब कुछ के बावजूद तुसी फिर भी जिहड़ा है एनडीए दे नाल गठजोड़ रखना चाह रहे हो। जी विराट साहब का जो दर्द है वो कोई दोहरावा नहीं है कि वह दर्द पंथ का दर्द वो गल कर रहे हैं, पंथ का जो दर्द है उसकी वो गल कर रहे हैं, वह दर्द जोड़ा है वह वाकई ही खड़ा है, तो पंथ उस गल तो पीड़ित है। जे वह दर्द ना हों तो अज श्रोमणी अकाली दल तो बिल्कुल अपनी वेद हों अपने जोबन से होंगे, लेकिन वह दर्द की वजह ही है कि अज लोग ने सिख संगत ने या पंथ ने अकाली दल तो अपनी जरा मुख है वह मोड़ लिया। तो दूसरी गल मठारू साहब कह रहे हैं कि जी साडा तां कोई बंदा नहीं कह रहा कि भाई असी बीजेपी नाल करना राजीनामा, तो मैं इन्हां नूं पुछना चाहता है कि साडे प्रेम सिंह चंदूमाजरा तां इन्नियां स्टेटमेंटां दे चुके कि साडी गलबात चल रही है, साडा मंत्री बनन वाला है, राजनाथ सिंह आके कह गया कि साडी गलबात इन्हां दे नाल निबड़न वाली है, चंडीगढ़ दे विच कह गया, पंजाब दे विच प्रेस कॉन्फ्रेंसां च कह गया, सो जोर इन्हां ने पूरा लाया होया, इन्होंने वड्डे डिप्लोमैट भी पाए हुए हैं, किसी विदेशी डिप्लोमैट वड्डे उच्च पद्धर दे उन्होंने राही भी गलबात नबेड़न की कोशिश कर रहे हैं, लेकिन इन्होंने उत्थे अकोमोडेट नहीं कर रहे क्योंकि उन्होंने दिख रहा है कि जो वोट ही नहीं है तुहाडे नाल उह तां वोट दे मगर चल रहे हैं कि भी जिस बंद जिहड़ा बंदे च वोट की कपैसिटी हैगी है, जिससे उन्होंने उम्मीद है कि भी इस बंदे नूं आपां खड़ा करांगे तो लोग मन सकते हैं, उन्हों का कॉन्फिडेंस जिहड़ा है सुखबीर बादल ते हिल चुका है, तो उन्होंने कोल जिहड़ियां रिपोर्टां हैगियां उन्होंने यह भी दिख रहा है कि फ्यूचर दे विच भी कुछ नहीं है, जेकर भारत सरकार या कोई आरएसएस या बीजेपी। एक मिनट पठानू साहब, अमरिंदर सिंह जी तुसीं एक गल कही है कि जिहड़े भारतीय जनता पार्टी है जां मोदी साहब है ये देख रहे ने कि सुखबीर सिंह बादल को वोट है नहीं है, तो कि ढींसा साहब को वोट है शायद दोबारा सुरजीत कर लैन अकाली दल नूं, वापस अकाली दल माड़ा मोटा खड़ा हो जाए तो भारतीय जनता पार्टी का इतने कुछ बन जाए, वो एक नवा दा खेडना चाहते हैं, तो यह फ्यूचर दसेगा जेकर अकाली दल संयुक्त जोड़ा है पंथक लीहां दे विच पंथक जोड़ा वोट बैंक है उसनों माड़ा मोटा कॉन्फिडेंस दे विच लैण दे विच कामयाब होएगा तो कुछ अगे फ्यूचर से दिख जाएगा सानू। साडी कोशिश जारी है कि असीं उन्हां नूं कह रहे हैं कि बई इस तों बिना सानू कोई रस्ता दिख नहीं रहा, जे इंडियन पॉलिटिक्स दे विच असीं कित्थे खड़े हैं, सानू मतलब अकाली दल ने कित्थे पहुंचाता। हुण सुखबीर बादल की गल कर रहे हैं, वारस की गल कर रहे हैं, मोदी साहब की शब्दावली की है वो मैं नहीं कहता, पर सुखबीर बादल तो अपने मुंडे नूं लिया के उन्होंने स्टेज पर खड़ाता कि तुहाडा अगला वारस ये है, ये सांभेगा अगली बागडोर। सो इदां दी जदों मानसिकता हैगी है तो यह बस्ते हुण उहदे बच्चे दे भी चक्कणगे अगे फ्यूचर लई उन्होंने खड़ा करता है, सो ये मतलब जग जाहर पब्लिक दे विच गल्लां हैगियां। सो इसे करके जिहड़ा इस्त्री अकाली दल है उहदा आपां देख रहे हैं किस तरीके दे नाल इस्त्री अकाली दल दी वड्डी लीडरशिप जिहड़ी है हिल रही है, दो एक्स एम एल ए चले गए, दो एस सी पी सी के मैंबर चले गए, होर वड्डियां जिहड़ियां लीडर्स हैगियां उह चलियां गईयां, ते आने वाले दिनों दे विच जिहड़े दूसरा जनरल अकाली दल है उहदे विचों भी वड्डियां तुहानूं दिखणगे कि वी लोकी किवें छड छड के जाणगे, क्योंकि जिहड़ा चीज दे फ्यूचर ही नहीं है, आखिर वो पॉलिटिक्स च हैगे बंदे, उहनां नूं पावर का फ्यूचर ही नहीं दिख रहा, उत्थे क्यों रहणगे उह। सो इस करके वो बंदे सारे इधर आ जाएंगे, आप देखेंगे। मठाड़ू साहब तुसी जवाब देना चाहते हो सिर्फ कुछ मिनटा दे, मतलब एक मिनट दे विच तुसी जवाब, उस बाद असीं डॉक्टर केर सिंह कोल जाना। हाँ जी, मेरा जवाब ले लो। ये परिवारवाद की गल करते हैं, सुखबीर सिंह बादल के पुत्र की गल करते हैं, ढींसा साहब का पुत्र मंत्री रह लिया, ढींसा साहब के जवाई को टिकट मिली, चेयरमैनिया इन्होंने हंडा लिया, और तुसी गल करते श्रोमणी गुरुद्वारा प्रबंधक कमेटी की भी बादल साहब वह जिते हुए नुमाइंदे है, ढींसा साहब को कहो ना मस्तुआना ट्रस्ट न छड़ देन, छड़ देन ना वो कह मैं इस्तीफा देता जी, ट्रस्ट किसी होर संभा देन, परिवारवादियां तुसी गल्लां करते हो, तुसी हाले कहते असी बीजेपी नाल रल के अकाली दल नूं कामयाब करना है, वो यार माड़ा मोटा गल्लां करते हो तुसी श्रोमणी अकाली दल दीआं, आप गल्लां करते हो तुसी कहिंदे बीजेपी ने सानू कामयाब करना है, गल नाल करदे आ दर्शक जी पंथ दी, कहिंदे पंथ कहिंदे फिर पावर किवें आऊगी, भुख तां पावर दी है ना, बीजेपी नाल रल के पावर दी भुख तुहानू है, गल्लां करदे हो साडे बारे श्रोमणी अकाली दल बारे, माड़ा मोटा ठीक है ठीक है। डॉक्टर के सिंह जी, पंजाब नूं इस समय सब तो ज्यादा वड्डी लोड़ खेतरी पार्टी की है, खेतरी पार्टी अकाली दल है, अकाली दल इस समय जिहड़ा बिखर चुका है, तो बिखरन करके बहुत वड्डी समस्या
खड़ी हुई है इत्थे जिवें अकाली दल संयुक्त बन गया, कई होर अकाली दल कई कई हिस्सों दे विच वंडे गए है। ते इस तों इलावा अकाली लीडरशिप ने बहुत सारियां गलतियां भी कीतियां जिहदे कारण इह जिहड़े इहदी लीडरशिप अलग थलग पई हुई है ते इसदे वर्कर भी अलग थलग पए। तुसीं की सुजैस्ट करना चाहोगे कि एक जिहड़ी है इत्थे दी खेतरी पार्टी नूं मजबूत करन दे लई की कुछ होना चाहिए कि उस नूं जिस तरीके नाल दो जिहड़े गठजोड़ बने ने इंडिया बनिया ते एनडीए चल रहा है इहनां विच रण दी लोड़ है कि इकल्ले ही चलना चाहिए। शिक जी मैं दो तीन जिहड़ियां मेरे साथी बुलारियां ने गल्लां कहियां उहनां बारे कुछ मेरे कोल जानकारी है जिहड़ी थोड़ी जी इहनां कोल जो जानकारी उहनां भिन्न है। खास करके बराड़ साहब नूं मुखातब होकर कहना चाहुंदा है कि जदों प्रोफेसर मनजीत सिंह हुणी कार्यकारी जथेदार सीगे मैनूं उहनां दी नेड़ता बहुत करीबी हो के विचरण दा मौका मिलिया और जो उत्थे अमृतसर साहब जदों कच्छ होया सीगा अकाली दल अमृतसर बनाउण दा जो ऐलाननामा होया ਉਹ ਸਾਰੇ ਵਰਤਾਰੇ ਨੂੰ ਮੈਂ ਬਹੁਤ ਨੇੜਿਓਂ ਦੇਖਿਆ ਅਤੇ ਉਹਦੇ ਵਿੱਚ ਵਿਚਰਿਆ ਹੋਇਆ। ਜਿਸ ਕਿਸਮ ਦਾ ਇਹ ਯੂਟਿਊਬ 'ਤੇ ਔਰ ਜਿਸ ਕਿਸਮ ਦਾ ਗੱਪ ਗਪਾਉਣ ਆ ਰਹੇ ਉੱਤੇ ਭਰੋਸਾ ਕਰਨ ਦੀ ਲੋੜ ਨਹੀਂ। ਇਹੋ ਜਿਹਾ ਉੱਥੇ ਕੁਛ ਨਹੀਂ ਸੀ ਹੋਇਆ ਕਿ ਮਨਜੀਤ ਸਿੰਘ ਉਹਨਾਂ ਨੂੰ ਉੱਥੇ ਬਾਥਰੂਮ ਛੁੱਪਣਾ ਪਿਆ ਜੀ, ਉੱਥੇ ਠੁੱਡੇ ਮਾਰੇ, ਇਹ ਹੋਇਆ ਉਹ ਹੋਇਆ। ਮੈਂ ਨਿੱਜੀ ਉੱਥੇ ਹਾਜ਼ਰ ਸੀ, ਉਹ ਕਿਸੇ ਹੋਰ ਥਾਂ ਦੀ ਗੱਲ ਹੋ ਰਹੀ ਹੈ। ਇਹ ਗਪੌੜ, ਇਹ ਜੋ ਆਮ ਆਉਂਦੇ ਹੈ ਵੀਡੀਓਜ਼, ਇਹ ਸੱਚ ਨਹੀਂ ਹੈ। ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਸੀ। ਦੂਸਰੀ ਗੱਲ ਮੈਂ ਕਹਿਣਾ ਇਹ ਚਾਹੁੰਦਾ ਹੈ ਕਿ ਇਹ 'ਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਪੰਥ ਦਾ ਵਾਰਸ ਨਹੀਂ ਹੈ, ਪੰਥ ਦੀ ਨੁਮਾਇੰਦਾ ਜਮਾਤ ਹੋਣ ਦਾ ਉਹ ਦਾਅਵਾ ਕਰਦਾ ਹੈ। ਪੰਥ ਉਹ ਆਧਾਰ ਹੈ ਸ਼੍ਰੋਮਣੀ ਅਕਾਲੀ ਦਲ ਦਾ। ਪਿਛਲੇ ਕਾਫੀ ਸਮੇਂ ਤੋਂ ਪੰਥਕ ਵਿਚਾਰਧਾਰਾ ਨਾਲੋਂ ਅਕਾਲੀ ਦਲ ਜਿਹੜਾ ਹੈ ਉਹਦਾ ਵਿੱਥ ਪੈ ਚੁੱਕੀ ਹੋਈ ਹੈ। 'ਚ ਆਪਾਂ ਨੂੰ ਪਤਾ ਕਿ ਪੰਜਾਬੀ ਪਾਰਟੀ ਬਣ ਗਿਆ 1996 ਤੋਂ ਬਾਅਦ, ਅਤੇ ਪੰਥਕ ਤਾਂ ਪਹਿਲੇ ਨੰਬਰ 'ਤੇ ਨਹੀਂ ਹੈ। ਪੰਥਕ ਤਾਂ ਹੁਣ ਦੋਵੇਂ ਦਰਜੇ ਦੀ ਹੈ। ਉਹ ਆਪਾਂ ਨੂੰ ਪਤਾ ਕਿ ਸਿਧਾਂਤਕ ਪੈਂਤੜਾ ਅੱਡ ਹੋ ਗਿਆ ਹੋਇਆ। ਹੁਣ ਇਸ ਕਿਸਮ ਦਾ ਜੋ ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਸ ਵੇਲੇ ਹੈ ਉਹਦੇ 'ਚ ਭੰਬਲ ਭੂਸਾ ਹੈ। ਆਪਾਂ ਨੂੰ ਪਤਾ ਉਹਦੀ ਲੀਡਰਸ਼ਿਪ ਬਾਰੇ ਵੀ ਪ੍ਰਸ਼ਨ ਚਿੰਨ੍ਹ ਹਨ। ਪਰ ਇਹਦਾ ਇਹ ਨਹੀਂ ਹੈ ਹੱਲ ਜਿਸ ਢੰਗ ਨਾਲ ਟੁੱਟ ਭੱਜ ਹੁੰਦੀ ਹੈ, ਇੱਕ ਲੀਡਰ ਅੱਡ ਹੋ ਗਿਆ, ਦੂਸਰਾ ਅੱਡ ਹੋ ਗਿਆ, ਫਿਰ ਆ ਗਿਆ। ਆਪਾਂ ਨੂੰ ਪਤਾ ਕਿ ਮਾਝੇ ਵਾਲੇ ਲੀਡਰ ਵੀ ਅੱਡ ਹੋਏ ਸੀ, ਢੀਂਡਸਾ ਸਾਹਿਬ ਦੇ ਨਾਲ ਚਲੇ ਗਏ ਸੀ, ਉਹ ਮੁੜ ਕੇ ਫਿਰ ਅਕਾਲੀ ਦਲ ਦੇ ਵਿੱਚ ਆ ਗਏ। ਇਹ ਟੁੱਟ ਭੱਜ, ਇੱਕ ਅੱਧਾ ਲੀਡਰ ਚਲਾ ਗਿਆ, ਉੱਧਰ ਚਲਾ ਗਿਆ, ਫਿਰ ਇਸ ਤਰ੍ਹਾਂ ਦੀ ਹੁੰਦੀ ਰਹਿੰਦੀ ਹੈ। ਅਸਲ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਕਿਹਦੇ ਕੋਲ ਹੈ? ਇਹਦਾ ਨਿਤਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਵਿੱਚ ਹੋਣਾ। ਉਹ ਓਵਰ ਡਿਊ ਹੈ, ਬੜਾ ਚਿਰ ਹੋ ਗਿਆ ਕਿ ਉਹ ਬਹੁਤ ਪੁਰਾਣੀਆਂ ਚੋਣਾਂ ਹੋਈਆਂ ਹੋਈਆਂ। ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੁਬਾਰਾ ਨਹੀਂ ਹੁੰਦੀਆਂ ਉਹਦੇ ਵਿੱਚ ਨਿਤਾਰਾ ਹੋਣਾ ਹੈ ਕਿ ਕਿਹੜੀ ਲੀਡਰਸ਼ਿਪ ਨੂੰ ਪੰਥ ਪ੍ਰਵਾਨ ਕਰਦਾ ਜਾਂ ਸਿੱਖ ਸਮਾਜ ਪ੍ਰਵਾਨ ਕਰਦਾ। ਉਹਨਾਂ ਚਿਰ ਇਹ ਭੰਬਲ ਭੂਸਾ ਰਹਿਣਾ ਹੀ ਰਹਿਣਾ। ਜਿੱਥੋਂ ਤੱਕ ਤੁਸੀਂ ਖੇਤਰੀ ਪਾਰਟੀ ਦੀ ਗੱਲ ਕਰਦੇ ਹੋ, ਜਿਸ ਕਿਸਮ ਦਾ ਬੀਜੇਪੀ ਦਾ ਰਵੱਈਆ ਹੈਗਾ ਖੇਤਰੀ ਪਾਰਟੀਆਂ ਬਾਰੇ, ਉਹ ਦਰਸ਼ਕ ਜੀ ਆਪਾਂ ਨੂੰ ਬਹੁਤ ਸਪਸ਼ਟ ਹੈ। ਉਹ ਜਿਸ ਵੀ ਖੇਤਰੀ ਪਾਰਟੀ ਦੇ ਨਾਲ ਸੰਬੰਧ ਬੀਜੇਪੀ ਨੇ ਬਣਾਇਆ ਉਹਨੂੰ ਖੋਰਾ ਹੀ ਲਾਇਆ, ਉਹਨੂੰ ਕਮਜ਼ੋਰ ਹੀ ਕੀਤਾ। ਇਹ ਗੱਲ ਵੱਖਰੀ ਹੈ ਕਿ ਖੇਤਰੀ ਪਾਰਟੀਆਂ ਦੀ ਆਪਣੀ ਮਜਬੂਰੀ ਹੁੰਦੀ ਹੈ ਕਿ ਤਾਕਤ ਦਾ ਹਿੱਸੇਦਾਰ ਉਹਨਾਂ ਨੇ ਬਣਨਾ ਹੁੰਦਾ ਹੈ, ਤਾਕਤ ਤੋਂ ਬਾਹਰ ਲੰਬਾ ਸਮਾਂ ਉਹ ਰਹਿ ਨਹੀਂ ਸਕਦੇ। ਮੈਂ ਮਠਾੜੂ ਸਾਹਿਬ ਨਾਲ ਇਸ ਗੱਲ 'ਤੇ ਸਹਿਮਤ ਬੀਜੇਪੀ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦਾ ਜਾਂ ਨਹੀਂ ਹੋ ਸਕਦਾ। ਮੇਰੀ ਸਮਝ ਇਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਸ ਨੂੰ ਕਿਹਾ ਜਾਂਦਾ ਹੈ ਉਹਦਾ ਬੀਜੇਪੀ ਨਾਲ ਸਮਝੌਤਾ ਹੋ ਸਕਦਾ। ਢੀਂਡਸਾ ਸਾਹਿਬ ਕਿਤੇ ਨਹੀਂ ਖੜਨਗੇ ਰਾਜ ਦੇ ਵਿੱਚ ਜਦੋਂ ਉਹਨਾਂ ਨੂੰ ਸੈਂਟਰ ਵਾਲਿਆਂ ਨੂੰ ਲੱਗ ਗਿਆ ਪਤਾ ਕਿ ਅਸੀਂ
समझौते विचारधारा चो नहीं निकलते सियासत दे विच एह समझौते ताकत की खेड चो निकलते है। दर्शक जी सानू बहुत स्पष्ट होना चाहिए है, यह बयान ही होंगे सिर्फ विचारधारा दे, यह आधार नहीं होंगे, यह सियासी खेड होंगी है और सियासी लीडर ने देखना होंगे कि ताकत सानू कितों मिलती है और किस ढंग नाल मिलती है, वह हो सकती है उहदे विच। सो मेरे कहन तो मुराद सिर्फ ये जो गल्लां मैं कह रहा होया कि जिस तरह पहली गल मैं मुड़ दोहराना चाहना कि एदों वड्डा अलांबा किसी लीडर नूं नहीं हो सकता कि जदों उहदी लीडरशिप स्थापित करन वास्ते कोई होर पार्टी ਉਹਦਾ ਨਿਸਤਾਰਾ ਕਰੇ ਜਾਂ ਉਹਦੇ ਵੱਲ ਨੂੰ ਇਸ਼ਾਰਾ ਕਰੇ। ਮੈਨੂੰ ਸਮਝਦਾ ਕਿ ਢੀਂਡਸਾ ਸਾਹਿਬ ਨੂੰ ਇਸ ਤੋਂ ਉਲਟ ਜਾ ਕੇ ਬਿਆਨ ਉਦੋਂ ਹੀ ਦੇਣਾ ਚਾਹੀਦਾ ਸੀ ਕਿ ਇਹਦਾ ਫੈਸਲਾ ਪੰਥ ਨੇ ਕਰਨਾ ਔਰ ਇਹਦਾ ਕਾਡਰ ਨੇ ਕਰਨਾ, ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਲੀਡਰਸ਼ਿਪ ਮੋਦੀ ਸਾਹਿਬ ਨੇ ਨਹੀਂ ਕਰਨਾ, ਇੱਥੋਂ ਦੇ ਲੋਕਾਂ ਨੇ ਕਰਨਾ। ਸੋ ਇਹੋ ਜਿਹੀਆਂ ਗੱਲਾਂ ਕੁਛ ਧਿਆਨ ਵਿੱਚ ਰੱਖਣ ਦੀ। ਜੀ ਠੀਕ ਹੈ ਡਾਕਟਰ ਸਾਹਿਬ, ਡਾਕਟਰ ਸਾਹਿਬ ਇਹ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਇਹ ਪੰਥ ਨੇ ਫੈਸਲਾ ਕਰਨਾ ਹੈ, ਅਸਲ ਦੇ ਵਿੱਚ ਅਕਾਲੀ ਦਲ ਦਾ ਵਾਰਿਸ ਕੌਣ ਹੈ, ਇਹ ਮੋਦੀ ਸਾਹਿਬ ਨੇ ਨਹੀਂ ਕਰਨਾ ਹੈ। ਤੇ ਇਸ ਸੰਬੰਧ ਵਿੱਚ ਢੀਂਡਸਾ ਸਾਹਿਬ ਨੂੰ ਵੀ ਤੇ ਸੁਖਬੀਰ ਸਿੰਘ ਬਾਦਲ ਔੜਾ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਸਿਆਸਤ ਕਰ ਰਹੀ ਹੈ। ਇਹ ਠੀਕ ਹੈ ਅਕਾਲੀ ਦਲ NDA ਤੋਂ ਵਾਂਝਾ ਵੀ ਨਹੀਂ ਰਹਿ ਸਕਦਾ, ਹਾਲ ਦੀ ਕੜੀ ਅਲੱਗ ਅਲੱਗ ਪਾਰਟੀਆਂ ਦੇ ਆਪਣੇ ਆਪਣੇ ਸਟੈਂਡ ਨੇ, ਤੇ ਇਹਦੇ ਨਾਲ ਨਾਲ ਹਾਲੇ ਤੱਕ ਇਸ ਗੱਲ ਦਾ ਆਪਾਂ ਨਿਤਾਰਾ ਨਹੀਂ ਕਰ ਸਕੇ ਕਿ ਅਸਲ ਵਾਰਿਸ ਕੌਣ ਹੈ, ਤੇ ਇਹ ਵਾਰਿਸ ਮੋਦੀ ਸਾਹਿਬ ਨਹੀਂ, ਤੇ ਇਹ ਗੱਲ ਇਹੀ ਹੈ ਕਿ ਪੰਥ ਹੀ ਨਿਤਾਰਾ ਇਸ ਗੱਲ ਦਾ ਕਰੂਗਾ। ਡਾਕਟਰ ਕੇਰ ਸਿੰਘ, ਬਰਾੜ ਸਾਹਿਬ, ਜਿਹੜੇ ਮਠਾਰੂ ਸਾਹਿਬ ਤੇ ਅਮਰਿੰਦਰ ਸਿੰਘ ਜੀ, ਤੁਸੀਂ ਇਸ ਮੌਕੇ ਦੇ ਉੱਤੇ ਆਪਣੇ ਆਪਣੇ ਵਿਚਾਰ ਦਿੱਤੇ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਸਾਡੇ ਸਾਰਿਆਂ ਦਰਸ਼ਕਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਚਰਚਾ ਸੁਣੀ। ਤੇ ਫਿਰ ਇੱਕ ਵਾਰੀ ਫਿਰ ਦੁਬਾਰਾ ਕਹਿ ਰਿਹਾ ਕਿ ਇਸ ਚਰਚਾ ਨੂੰ ਅੱਗੇ ਵੀ ਲੈ ਕੇ ਜਾਓ ਤੇ ਇਸ ਗੱਲ ਦਾ ਨਿਤਾਰਾ ਤੁਸੀਂ ਵੀ ਕਰੋ ਕਿ ਅਕਾਲੀ ਦਲ ਦਾ ਜਿਹੜਾ ਹੈ ਅਸਲ ਵਾਰਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕੌਣ ਹੈ। ਤੇ ਕੱਲ ਨੂੰ ਕਿਸੇ ਹੋਰ ਮੁੱਦੇ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਾਂਗੇ, ਉਦੋਂ ਤੱਕ ਲਈ ਸਾਨੂੰ ਦਿਓ ਆਗਿਆ, ਸਤਿ ਸ੍ਰੀ ਅਕਾਲ। ਚਰਚਾ